जस्ट भी देख रहे हो तुम, मैं के पी सिंह टू द पॉइंट विद साहब का स्वागत करते हैं। कोटपुरा गोलीकांड के हाई कोर्ट के फैसले तो बाद लगातार मुजाहरे हो रहे हैं, लगातार सरकार से सवाल चुके जा रहे हैं। इन सारिया मुजाहरिया सवालों के विचाले अज दो वड्डियां खबरां ने, वड्डियां खबरां ने कि हाई कोर्ट के फैसले दियां कापियां साड़ियां कीआं, पंथक धिरां ने सदा दिता सीगा, उन्हां नाल कुछ पोलिटिकल लोग भी शामिल होए हैं। इस तों अलावा साबका आई जी कुंवर विजय प्रताप सिंह का सन्मान किया गया गोल्ड मैडल, इहदा मतलब की है बलजीत सिंह दादूवाल हरा ने इन्हां सन्मानित किया। तो इस सब दे चाले कांग्रेस विच घमसान मचा होया, सवाल मुख्यमंत्री नूं किते जा रहे हैं। माझे हल्के दे, मालवा हल्के दे, दुआबे हल्के दे सारे विधायकों को, कांग्रेस के विधायकों को मिलिया जा रहा है, तो उस मुलाकात तो बाद मंथन तो बाद की कुछ निकल के सामने आ रहा है। हजे तकर कुछ मंत्री भी है जिहड़े उह रुस्से होए, इहो जिहियां खबरां साडे सामने पईआं, पर इन्हां खबरां नूं पुष्ट होण दे विच वक्त लगेगा कि इस तो बाद अगे की वापरेगा। बहुत सारे सवाल है, पर कापियां साड़न तो गोल्ड मैडल तक कौन किहड़े टारगेट च लगा। पहला सुन लिया कोटकपुरा तो अमृतसर तक होया की कुछ है ते क्या की कुछ किया, उस तो बाद डिबेट शुरू करांगे। ਤੇ ਜਿੱਤ ਦੇ ਜਕਾਰੇ ਲਾਉਂਦੇ ਕਿਸਾਨ ਘਰਾਂ ਨੂੰ ਆਉਣ। ਇਹ ਜੀ ਆਪਣਾ ਕੋਲ ਵਿਜੇ ਪ੍ਰਤਾਪ ਜੀ ਵੱਲੋਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਵੀ ਉਹ ਕਿਸੇ ਨੂੰ ਪਾਰਟੀ ਨੂੰ ਜੁਆਇਨ ਕਰੇ ਜਾਂ ਰਾਜਨੀਤੀ 'ਚ ਆਉਣਗੇ, ਤੁਹਾਡਾ ਉਹਦੇ ਬਾਰੇ ਕੀ? ਦੇਖੋ ਹਰ ਬੰਦੇ ਨੂੰ ਹੱਕ ਆ ਜਿਹੜਾ ਭਾਰਤ ਦਾ ਵਸਿੰਦਾ, ਹਰ ਬੰਦਾ ਇਲੈਕਸ਼ਨ ਲੜ ਸਕਦਾ। ਬਾਦਲਾਂ ਨੇ ਤੇ ਕੈਪਟਨ ਨੇ ਠੇਕਾ ਲਿਆ ਕਿ ਉਹੀ ਰਾਜਨੀਤੀ ਕਰ ਸਕਦੇ ਆ, ਹਰੇਕ ਬੰਦੇ ਦਾ ਹੱਕ ਆ। ਕੋਈ ਆਸਾ ਅਸੀਂ ਅੱਜ ਉਹਦਾ ਸਨਮਾਨ ਕੀਤਾ, ਉਹਨੇ ਜੋ ਕੁਛ ਕੀਤਾ, ਕੱਲ੍ਹ ਨੂੰ ਉਹ ਭਾਵੇਂ ਅਕਾਲੀ ਦਲ ਵੱਲੋਂ ਲੜੇ, ਭਾਵੇਂ ਉਹ ਬੀਜੇਪੀ ਵੱਲੋਂ ਲੜੇ, ਭਾਵੇਂ ਝਾੜੂ ਵੱਲੋਂ ਲੜੇ ਅਤੇ ਭਾਵੇਂ ਕਾਂਗਰਸ ਵੱਲੋਂ ਲੜੇ, ਸਾਨੂੰ ਕੋਈ ਨਹੀਂ ਉਹਦੀ ਆਜ਼ਾਦੀ। ਅਸੀਂ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਪੰਥ ਨੇ, ਇਨਸਾਫ ਪਸੰਦ ਲੋਕਾਂ ਨੇ ਐਡਾ ਵੱਡਾ ਇਨਸਾਫ ਆਪਣਾ ਜਿਹੜਾ ਸਨਮਾਨ ਦਿੱਤਾ ਵਾ, ਉਹਨੂੰ ਜ਼ਰੂਰ ਖਿਆਲ 'ਚ ਰੱਖਣ ਅਤੇ ਇਨਸਾਫ ਦੀ ਲੜਾਈ 'ਚ ਸਾਥ ਦੇਣ। ਬੇਅਦਬੀ ਦਾ ਇਨਸਾਫ ਹਰ ਬੰਦਾ, ਜ਼ਰੂਰੀ ਨਹੀਂ ਕੋਈ ਅਹੁਦੇ 'ਤੇ ਰਹਿ ਕੇ ਹੀ ਕਰ ਸਕਦਾ, ਪਾਸੇ ਰਹਿ ਕੇ ਵੀ ਲੜਾਈ ਲੜੀ ਜਾ ਸਕਦੀ ਆ। ਕਿ ਜੋ ਰੀਇਨਵੈਸਟੀਗੇਸ਼ਨ ਦੀ ਗੱਲ ਕਰ ਰਹੇ ਨੇ, ਦੁਬਾਰਾ ਇਨਵੈਸਟੀਗੇਸ਼ਨ, ਤੁਸੀਂ ਇੱਕ ਸਿੱਟ ਬਣਾ ਲਓ, ਦੋ ਬਣਾ ਲਓ, CBI ਲਿਆਓ, ਤੁਸੀਂ ਜੋ ਮਰਜ਼ੀ ਲਿਆਓ, ਰੀਇਨਵੈਸਟੀਗੇਸ਼ਨ ਹੋ ਨਹੀਂ ਸਕਦਾ ਹੈ। ਟਾਈਮ ਪਾਸ ਜ਼ਰੂਰ ਹੋਗਾ, ਲੋਕਾਂ ਨੂੰ ਮੂਰਖ ਜ਼ਰੂਰ ਬਣਾਇਆ ਜਾਏਗਾ। ਦੂਸਰੀ ਗੱਲ ਇਹ ਹੈ ਕਿ ਜੋ ਚਲਾਨ ਮੈਂ ਦਿੱਤਾ ਸੀ, ਜੋ ਰਿਪੋਰਟ, ਨਾ ਤਾਂ ਉਹ ਰਿਪੋਰਟ ਸਰਕਾਰ ਨੂੰ ਗਈ ਸੀ, ਕਈ ਲੋਕਾਂ ਨੂੰ ਭੁਲੇਖਾ ਹੈ ਕਿ ਇਹ ਰਿਪੋਰਟ ਸਰਕਾਰ ਨੂੰ ਦਿੱਤੀ ਗਈ ਸੀ, ਨਾ ਹੀ ਇਹ ਰਿਪੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਖਲ ਹੋਈ ਸੀ। ਸਾਡੀ ਰਿਪੋਰਟ 9 ਚਲਾਨਾਂ ਦੇ ਰੂਪ ਦੇ ਵਿੱਚ ਫਰੀਦਕੋਟ ਦੀ ਮਾਨਯੋਗ ਜ਼ਿਲ੍ਹਾ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ। ਉਹਨਾਂ 9 ਚਲਾਨਾਂ 'ਚੋਂ 5 ਚਲਾਨ ਜਿਹੜੇ ਨੇ, ਉਹਨਾਂ ਨੂੰ ਕੁਐਸ਼ ਕਰ ਦਿੱਤਾ ਗਿਆ ਹੈ, ਖਾਰਿਜ ਕੀਤਾ ਗਿਆ ਹੈ। 4 ਚਲਾਨ ਹੁਣ ਵੀ ਜ਼ਿੰਦਾ ਨੇ। ਜਿਹੜੇ ਕੋਰਟ ਨੇ ਫੈਸਲਾ ਦਿੱਤਾ, ਮਿਲੀ ਜੁਲੀ ਭੁਗਤ ਹੱਦ ਹੋ ਗਿਆ। ਇੱਕ ਚੁਟਾਲਾ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ, ਦੂਜਾ ਡਿਪਟੀ ਐਡਵੋਕੇਟ ਜਨਰਲ, ਉਹ ਦੋਵੇਂ ਅੱਜ ਜੱਜ ਦੇ ਵਕੀਲ ਨੇ। ਇੱਕ ਵਕੀਲ ਬਣ ਕੇ ਸਰਸਰ ਕਰ ਰਿਹਾ ਜਿਹੜਾ ਕੱਲ੍ਹ ਉਹਨੂੰ ਸਰਸਰ ਕਰਦਾ ਸੀ, ਇੱਕ ਉਹਨੂੰ ਫੈਸਲਾ ਦੇ ਰਿਹਾ। ਅਤੇ ਫੈਸਲਾ ਲੈਣ ਲਈ ਕੋਈ ਅਜਨਬੀ ਭੇਜਿਆ ਜਾ ਰਿਹਾ ਪੁਲਿਸ ਅਫਸਰ, ਬਾਦਲ ਆਪ ਨਹੀਂ ਜਾ ਰਹੇ। ਜਿਹੜਾ ਅਜਨਬੀ ਭੇਜਿਆ ਜਾ ਰਿਹਾ ਉਹਦੀ ਤਾਂ ਇੱਕ ਲਾਈਨ ਨਹੀਂ ਲਿਖੀ, ਪਰ ਜਿਹਨੂੰ, ਜਿਹਦਾ ਨਾਂ ਨਹੀਂ, ਜਿਹਨੇ ਪ੍ਰੇਰ ਨਹੀਂ ਕੀਤੀ, ਜਿਹਨੇ ਕੋਈ ਬੇਨਤੀ ਨਹੀਂ ਕੀਤੀ, ਉਹਨੂੰ ਕਲੀਨ ਚਿੱਟ ਅਤੇ ਲਾਹਨਤਾਂ ਪਈਆਂ ਇਨਵੈਸਟੀਗੇਸ਼ਨ ਅਫਸਰ ਨੂੰ। ਇਹ ਬੜਾ ਨਜਾਇਜ਼ ਅਤੇ ਗਲਤ ਫੈਸਲਾ ਸੀ ਜਿਹੜਾ ਫੈਸਲਾ ਹਾਈਕੋਰਟ ਨਹੀਂ ਦੇ ਸਕਦਾ ਹੈ, ਕਿਉਂਕਿ ਹਾਈਕੋਰਟ ਦੇ ਵਿੱਚ ਇਹ ਅਪੀਲ ਨਹੀਂ ਸੀ, ਇਹ ਰਿਵੀਜ਼ਨ ਪਟੀਸ਼ਨ ਨਹੀਂ ਸੀ, ਇਹ ਸੀ ਸਿਵਲ ਰਿਟ ਪਟੀਸ਼ਨ। ਸਿਵਲ ਰਿਟ ਪਟੀਸ਼ਨ ਦੇ ਵਿੱਚ ਕਲੀਨ ਚਿੱਟ ਨਹੀਂ ਦੇ ਸਕਦਾ। ਆਰਟੀਕਲ 226 ਦੇ ਤਹਿਤ ਫੈਕਟ ਫਾਈਂਡਿੰਗ ਜਾਣਾ, ਛੋਟੇ ਛੋਟੇ ਜਿਹੜੇ ਮੁੱਦੇ ਨੇ ਉਹ ਟ੍ਰਾਇਲ ਕੋਰਟ ਦੇ ਜਿਹੜੇ ਅਖਤਿਆਰ ਅਧੀਨ ਹੈ, ਇਹ ਉਹਨਾਂ ਦਾ ਰੋਲ ਹੀ ਨਹੀਂ ਸੀਗਾ। ਇਸ ਕਰਕੇ ਸਾਨੂੰ ਇਹ ਲੱਗਦਾ ਵਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਔਰ ਜਿਹਨਾਂ ਲੋਕਾਂ ਨੇ ਕੋਈ ਅਰਜ਼ੀ ਨਹੀਂ ਦਿੱਤੀ, ਬਾਦਲ ਵਰਗਿਆਂ ਨੇ, ਬਾਦਲ ਦੇ ਪਰਿਵਾਰ ਨੇ, ਜਿਹਨਾਂ ਨੇ ਕੋਈ ਪਲੀਡਿੰਗ ਹੀ ਨਹੀਂ ਕੀਤੀ, ਜਿਹਨਾਂ ਨੇ ਕੋਈ ਪ੍ਰੇਅਰ ਹੀ ਨਹੀਂ ਕੀਤੀ, ਉਹਨਾਂ ਨੂੰ ਕਲੀਨ ਚਿੱਟ ਤਾਂ ਦੇਣ ਦਾ ਮਕਸਦ ਹੀ ਕੋਈ ਨਹੀਂ ਸੀਗਾ। ਇਸ ਕਰਕੇ ਇਹ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ, ਇਹ ਇੱਕ ਸਿਸਟਮ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ। ਜਿੱਦਾਂ 36-37 ਸਾਲ ਹੋ ਗਏ ਨੇ ਸਿੱਖ ਕਤਲੇਆਮ ਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਦੇ, ਐਨ ਉਸੇ ਤਰਜ਼ ਦੇ ਉੱਤੇ 6 ਸਾਲ ਤੋਂ ਇਹ ਮਾਮਲਾ ਘੜੀਸਿਆ ਜਾ ਰਿਹਾ, ਕਦੀ ਕਿਸੇ ਕਚਹਿਰੀ 'ਚ, ਕਦੀ ਕਿਸੇ SIT 'ਚ, ਕਦੀ ਕਿਸੇ ਕੋਰਟ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਕੋਟਕਪੁਰਾ ਗੋਲੀਕਾਂਡ 'ਤੇ ਪੰਜਾਬ ਵਿੱਚ ਮੌਜੂਦਾ ਪੋਲਿਟਿਕਸ ਦਾ ਅਸਲ ਮਕਸਦ ਕੀ ਹੈ, ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡੇ ਨਾਲ ਮੌਜੂਦ ਹੈ, ਪ੍ਰੋਫੈਸਰ ਮਨਜੀਤ ਸਿੰਘ ਪੋਲੀਟਿਕ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਬਹੁਤ ਸਵਾਗਤ ਹੈ ਤੁਹਾਡਾ, ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਸਪੋਕਸਪਰਸਨ ਨੇ, ਕਿੰਗਰਾ ਸਾਹਿਬ ਬਹੁਤ ਤੁਹਾਡਾ ਸਵਾਗਤ ਹੈ, ਸਤਿੰਦਰ ਸਿੰਗ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾ ਰਹੇ ਹੈ, ਗਿੱਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਇਕਬਾਲ ਸਿੰਘ ਆਮ ਆਦਮੀ ਪਾਰਟੀ ਬੁਲਾ ਰਹੇ, ਇਕਬਾਲ ਜੀ ਤੁਹਾਡਾ ਬਹੁਤ ਸਵਾਗਤ ਹੈ, ਸਾਰੇ ਮਨਾਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਸਤਿੰਦਰ ਸਿੰਘ ਗਿੱਲ ਤੁਹਾਨੂੰ ਕਰਨਾ ਚਾਹੁੰਦਾ, ਸਤਿੰਦਰ ਸਿੰਘ ਗਿੱਲ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗੋਲਡ ਮੈਡਲ ਦਿੱਤਾ ਗਿਆ, ਚੰਗਾ ਲੱਗਿਆ ਅਕਾਲੀ ਦਲ ਨੂੰ, ਕਿਉਂਕਿ ਸਨਮਾਨ ਤੁਸੀਂ ਵੀ ਦਿੰਦੇ ਰਹੇ ਹੋ ਆਪਦੀ ਸਰਕਾਰ ਵੇਲੇ?
ਦੇਖੋ ਕੇਪੀ ਜੀ ਜਿਹੜਾ ਉਹਨਾਂ ਨੇ ਸਨਮਾਨ ਲਿਆ ਉਹ ਉਹਨਾਂ ਦੀ ਸੋਚ ਹੈ ਤੇ ਜਿਨ੍ਹਾਂ ਨੇ ਦਿੱਤਾ ਉਹਨਾਂ ਦੀ ਮਨਸ਼ਾ ਕੀ ਹੈ। ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਅੱਜ ਜਿਹੜਾ ਉੱਥੇ ਮੈਡਲ ਲੈਣ ਤੋਂ ਬਾਅਦ ਪੀਸੀ ਕੀਤੀ ਹੈ, ਸੁਣ ਰਿਹਾ ਸੀ ਮੈਂ ਸਾਰੀ, ਹੁਣ ਉਹਦੇ ਵਿੱਚ ਬਾਰ ਬਾਰ ਇੱਕ ਗੱਲ ਕਰ ਰਹੇ ਆ ਵੀ ਜਿਹੜੇ ਦੋਸ਼ੀ ਨੇ ਬੜੇ ਪਾਵਰਫੁੱਲ ਨੇ, ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਮੈਨੂੰ ਪਤਾ ਸੀ ਇਹਦਾ ਨਤੀਜਾ ਕੁਛ ਨਹੀਂ ਨਿਕਲਾ। ਇੱਕ ਤਾਂ ਇਹਨਾਂ ਨੂੰ ਇਹ ਪੁੱਛੋ ਵੀ ਜਿਹੜੇ ਪਾਵਰਫੁੱਲ ਦੋਸ਼ੀਆਂ ਦੀ ਤੁਸੀਂ ਗੱਲ ਕਰਦੇ ਹੋ ਜਾਂ ਤੇ ਏਡੀ ਹਿੰਮਤ, ਮੈਂ ਤਾਂ ਇਹ ਵਰਡ ਯੂਜ਼ ਕਰਦਾ ਕਿਉਂਕਿ ਆਪਣੇ ਆਪ ਨੂੰ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਹਿੰਮਤ ਕੀਤੀ ਤੇ ਉਹਨਾਂ ਨੂੰ ਹੱਥ ਪਾਇਆ, ਅੱਜ ਤੱਕ ਨਾਮ ਤੇ ਤੁਸੀਂ ਉਹਨਾਂ ਦਾ ਲੈ ਨਹੀਂ ਰਹੇ। ਚਲੋ ਇਨਡਾਇਰੈਕਟਲੀ ਡਾਇਰੈਕਟਲੀ ਜਿਨ੍ਹਾਂ ਦਾ ਉਹ ਨਾਮ ਲੈ ਰਿਹਾ ਆਪਾਂ ਸਾਰੇ ਸਮਝਦੇ ਹਾਂ, ਬਾਦਲ ਫੈਮਿਲੀ ਨੂੰ ਉਹਨਾਂ ਨੇ ਟਾਰਗੇਟ ਕੀਤਾ। ਜੇ ਬਾਦਲ ਫੈਮਿਲੀ ਨੂੰ ਉਹਨਾਂ ਨੂੰ ਪੁੱਛੋ ਵੀ ਤੂੰ ਟਾਰਗੇਟ ਕੀਤਾ ਹੈ ਤੇ ਤੁਸੀਂ 22 ਸਾਲਾਂ ਦੀ ਨੌਕਰੀ ਕੀਤੀ ਹੈ, ਚਲਾਨ ਤੁਸੀਂ ਪੇਸ਼ 9 ਕਰਤੇ, 10ਵਾਂ ਇਹ ਕੀਤਾ ਸੀ, ਖਾਨਾ ਨੰਬਰ 3 ਦੇ ਵਿੱਚ ਮੁਲਜ਼ਮਾਂ ਦਾ ਨਾਮ ਕਿਉਂ ਨਹੀਂ ਲਿਖਿਆ? ਕਿਸੇ ਦੇ ਬਿਆਨ ਲੈ ਲੈਣੇ, ਉਹ ਤੋਂ ਬਾਅਦ ਤੁਸੀਂ ਉਹਨੂੰ ਮਨ ਘੜਤ ਸਟੋਰੀ ਬਣਾ ਕੇ ਆਪ ਲਿਖ ਲੈਣਾ ਤੇ ਫਿਰ ਗੱਲਾਂ ਮਾਰਨੀਆਂ ਜੀ ਮੈਨੂੰ ਪਤਾ ਸੀ। ਹਾਈ ਕੋਰਟ 'ਤੇ ਵੀ ਉਹਨੇ ਵਿਸ਼ਵਾਸ ਨਹੀਂ ਕੀਤਾ, ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਮਰਡਰ ਆਫ ਇਹਦੀ ਸੰਵਿਧਾਨ ਦਾ, ਮਰਡਰ ਆਫ ਕੰਸਟੀਟਿਊਸ਼ਨ ਜਿਹੜਾ ਉਹਨਾਂ ਨੇ ਅੱਜ ਵਰਡ ਯੂਜ਼ ਕੀਤਾ ਆ, ਹਾਈ ਕੋਰਟ ਦੇ ਅਗੇਂਸਟ ਇੱਕ ਵਰਡ ਯੂਜ਼ ਕੀਤਾ ਉਹਨਾਂ ਨੇ ਫਿਰ। ਸੋ ਮੈਡਲ ਲੈਣ ਨਾ ਲੈਣ, ਮੈਨੂੰ ਤੇ ਹੈਰਾਨੀ ਆ ਵੀ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਦੇ ਕੇਸ ਇਸ ਸ਼ਖਸ ਨੂੰ ਦਿੱਤੇ ਗਏ ਜਿਹੜਾ ਕਿ ਅੱਜ ਗੋਲਡ ਮੈਡਲ ਲੈ ਰਿਹਾ ਉੱਥੇ। ਐਂਡ ਕੇਪੀ ਜੀ ਸਭ ਤੋਂ ਹੈਰਾਨੀ ਵਾਲੀ ਗੱਲ ਆ, ਇਹ ਵਿਊਰਸ ਨੂੰ ਵੀ ਸਮਝ ਲੈਣ, ਕੁੰਵਰ ਵਿਜੇ ਪ੍ਰਤਾਪ ਕਦੀ ਬੇਅਦਬੀ ਦੇ ਕੇਸ ਦੀ ਇਨਕੁਆਇਰੀ ਨਹੀਂ ਕਦੀ ਇਸ ਸ਼ਖਸ ਨੇ ਕੀਤੀ। ਇਹ ਜਿਹੜੀ ਸਿੱਟ ਬਣੀ ਸੀ ਇਹ ਬਹਿਬਲ ਕਲਾ ਕੋਟ ਕਪੂਰਾ ਫਾਇਰਿੰਗ ਇੰਸੀਡੈਂਟ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਹੈਗੀ ਸੰਦਰ ਗੇ, ਕਦੀ ਵੀ ਨਹੀਂ ਸੀ ਸੰਦਰ ਗੇ, ਠੀਕ ਠੀਕ ਕਹਿ ਰਹੇ ਹੋ ਤੁਸੀਂ। ਇਕਬਾਲ ਸਿੰਘ, ਆਮ ਆਦਮੀ ਪਾਰਟੀ ਕੀ ਕਹਿਣਾ ਚਾਹੁੰਦੀ ਇਸ ਪੂਰੇ ਮਸਲੇ ਤੇ, ਜੋ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਹੋਇਆ ਤੁਸੀਂ ਇਸ ਤੇ ਹਮਾਇਤੀ ਹੋ, ਜਿਹੜੀਆਂ ਹਾਈਕੋਰਟ ਦੀਆਂ ਕਾਪੀਆਂ ਸਾੜ ਗਈਆਂ ਉਹਦੇ ਤੁਸੀਂ ਹਮਾਇਤੀ ਹੋ ਹੀ ਹੋ? ਨਹੀਂ ਬਿਲਕੁਲ, ਹੋਰ ਪਬਲਿਕ ਕਰ ਵੀ ਕੀ ਸਕਦੀ, ਉਹਦੇ ਹੱਥ ਵਿਚਾਰੀ ਦੇ ਕੀ ਹੁੰਦਾ, ਇਹੀ ਵਿਰੋਧ ਪ੍ਰਦਰਸ਼ਨ ਹੀ ਕਰ ਸਕਦੇ ਨਾ ਉਹ, ਜਿਵੇਂ ਹੁਣ ਕਿਸਾਨ ਕਰ ਰਹੇ ਆ। ਇੱਦਾਂ ਜੇ ਕਿਸੇ ਨੂੰ ਇਨਸਾਫ਼ ਨਾ ਮਿਲੇ ਉਹ ਕੀ ਕਰ ਸਕਦਾ? ਬਾਂਹ ਤਾਂ ਮਰੋੜ ਨਹੀਂ ਸਕਦਾ ਸਰਕਾਰਾਂ ਦੀ, ਤੇ ਹੋਰ ਕੀ ਕਰ ਸਕਦਾ? ਇਹੀ ਕੁਛ ਕਰ ਸਕਦੇ ਡੈਮੋਕ੍ਰੇਸੀ 'ਚ, ਉਹ ਕਰ ਰਹੇ ਆ, ਉਹ ਲੋਕ ਅੱਗ ਸਾੜ ਰਹੇ ਆ। ਬਾਕੀ ਜੋ ਹੁਣ ਕੋਰਟਾਂ ਦਾ ਹੋਇਆ ਹੋਇਆ ਹਾਲ ਹੈ, ਜਿਵੇਂ ਸੁਪਰੀਮ ਕੋਰਟ ਦੇ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਜੁਡੀਸ਼ਰੀ 'ਚ ਵੀ ਕਰਪਸ਼ਨ ਆ ਗਈ, ਹੁਣ ਉਹ ਤੋਂ ਬਾਅਦ ਪਿੰਕੀ ਕੈਟ ਦੀਆਂ ਤੁਸੀਂ ਦੇਖੀਆਂ ਹੀ ਆ ਅੱਖਾਂ ਖੋਲਣ ਵਾਲੀਆਂ ਇੰਟਰਵਿਊਆਂ, ਉਹਦੇ 'ਚ ਕਹਿੰਦੇ ਵੀ ਇਹ ਜੱਜਾਂ ਦੀ ਵੀ ਰਿਕਾਰਡਿੰਗ ਕੀਤੀ ਜਾਂਦੀ ਹੈ। ਹੁਣ ਕਿਤੇ ਬੰਦੇ ਦਾ ਪਰਸਨਲ ਕੋਈ ਇਸ਼ੂ ਹੋ ਗਿਆ, ਬਸ ਉਹਨੂੰ ਉਹ ਕਹਿ ਦਿੰਦੇ ਤੇਰੀ ਰਿਕਾਰਡਿੰਗ ਹੈ, ਨਹੀਂ ਤਾਂ ਇਹੋ ਜਿਹਾ ਫੈਸਲਾ ਸਾਡੇ ਰਿਕਾਰਡਿੰਗ ਦੇ ਦੇ, ਕਿਉਂਕਿ ਸੁਮੇਧ ਸੈਣੀ 'ਚ ਤੁਸੀਂ ਦੇਖਿਆ ਹੀ ਆ। ਇਸ ਕਰਕੇ ਜਿਹੜਾ ਤਾਂ ਸਹੀ ਚੱਲਦਾ ਇਹਨਾਂ ਦੇ ਅਕੋਰਡਿੰਗ ਚੱਲਦਾ ਉਹ ਸਹੀ ਹੈ, ਜਿਹੜਾ ਇਮਾਨਦਾਰ ਜੱਜ ਹੈ ਉਹਨੂੰ ਦੂਜੇ ਪਾਸੇ ਨੂੰ ਦੀ ਬਾਂਹ ਮਰੋੜ ਲੈਣਾ। ਇਸ ਕਰਕੇ ਸਿਸਟਮ ਜਿਹੜਾ ਹਾਈਜੈਕ ਹੋ ਗਿਆ ਨਾ, ਇਹ ਬਹੁਤ ਹੀ ਖਤਰਨਾਕ ਜਿਹੜਾ ਹੈਗਾ ਸਮਾਂ ਚੱਲ ਰਿਹਾ। ਇਸ ਲਈ ਇਹ ਜੋ ਚੀਜ਼ਾਂ ਹੈਗੀਆਂ ਹੁਣ ਚੰਗੇ ਬੰਦਿਆਂ ਨੂੰ ਸਰਕਾਰਾਂ 'ਚ ਆਪ ਆਉਣਾ ਪਊਗਾ, ਨਾ ਕਿ ਕ੍ਰਿਟੀਸਾਈਜ਼ ਕਰਕੇ ਘਰਾਂ 'ਚ ਬੈਠੇ ਰਹੋ, ਅਖਬਾਰਾਂ 'ਚ ਪੜ੍ਹ ਕੇ ਸਰਕਾਰਾਂ ਨੂੰ ਗਾਲਾਂ ਕੱਢੀ, ਜੋ ਉਹ ਚੀਜ਼ਾਂ ਨਹੀਂ ਚੱਲਣੀਆਂ। ਜੇ ਸਿਸਟਮ ਬਦਲਣਾ ਤੇ ਚੰਗੇ ਬੰਦਿਆਂ ਨੂੰ ਸਿਸਟਮ 'ਚ ਵੜ ਕੇ ਹੀ ਸਿਸਟਮ ਠੀਕ ਕਰਿਆ ਜਾਊਗਾ, ਜੇ ਇਹਨਾਂ ਦੇ ਭਰੋਸਾ ਰਹੇ ਦੇਸ਼ ਨੂੰ ਵੇਚ ਕੇ ਖਾ ਜਾਣਗੇ ਇਹ ਲੋਕ। ਇਸ ਕਰਕੇ ਹੁਣ ਕਿਸੇ ਸੰਸਥਾ ਤੇ ਕੋਈ ਭਰੋਸਾ ਨਹੀਂ, ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ, ਉਹਦੇ 'ਚ ਨਿਕਲਦਾ ਨਿਕਲਦਾ ਕੁਛ ਨਹੀਂ ਹੈਗਾ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ, ਪ੍ਰੋਫੈਸਰ ਮਨਜੀਤ ਸਿੰਘ ਕੋਲੇ ਜਾਣਾ ਤੇ ਹਰਦੀਪ ਸਿੰਘ ਕਿੰਗਰਾ ਤੋਂ ਸਮਝਣਾ ਮਾਮਲਾ ਹੈ ਕੀ ਹੈ ਸਾਰਾ, ਪਰ ਇਸ ਪਿੱਛੇ ਸਿਆਸਤ ਬਹੁਤ ਵੱਡੀ ਭੂਮਿਕਾ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਅਤੇ ਉਹ ਸਿਆਸਤ ਦਾ ਟਾਰਗੇਟ ਕੀ ਹੈਗਾ, ਅਸੀਂ ਇਹ ਸਵਾਲ ਕਰ ਰਹੇ ਹਾਂ। ਕਾਪੀਆਂ ਸਾੜੀਆਂ ਜਾ ਰਹੀਆਂ, ਪ੍ਰੋਟੈਸਟ ਕੀਤਾ ਜਾ ਰਿਹਾ, ਗੋਲਡ ਮੈਡਲ ਦਿੱਤਾ ਜਾ ਰਿਹਾ, ਦਾਦੂ ਵਾਲ ਹੋਰਾਂ ਦਾ ਮਕਸਦ ਕੀ ਹੈਗਾ? ਸਵਾਲ ਮਹੱਤਵਪੂਰਨ ਹੈ, ਵਾਪਸ ਆ ਰਿਹਾ। ਬੜਾ ਸਵਾਲ ਅਸੀਂ ਪੁੱਛ ਰਹੇ ਕੋਟਕਪੁਰਾ ਗੋਲੀਕਾਂਡ 'ਤੇ ਪੰਜਾਬ 'ਚ ਮੌਜੂਦਾ ਪੋਲਿਟਿਕਸ ਦਾ ਅਸਲ ਮਕਸਦ ਕੀ ਹੈ? ਹਰਦੀਪ ਸਿੰਘ ਕਿੰਗਰਾ ਸਰ, ਮੈਂ ਜਿਹੜਾ ਸਵਾਲ ਪੁੱਛ ਰਿਹਾ ਉਹਦਾ ਸਿੱਧਾ ਸਿੱਧਾ ਮੈਨੂੰ ਜਵਾਬ ਦੇਈਏ, ਉਸ ਤੋਂ ਬਾਅਦ ਅਗਲਾ ਸਵਾਲ ਕਰੂੰਗਾ ਸਰ। ਹਰਦੀਪ ਸਿੰਘ ਕਿੰਗਰਾ, ਕੁੰਵਰ ਵਿਜੇ ਪ੍ਰਤਾਪ ਨੂੰ ਗੋਲਡ ਮੈਡਲ ਨਾਲ ਸਨਮਾਨ ਕਰਨਾ ਕਾਂਗਰਸ ਉਹਦੇ ਹੱਕ ਵਿੱਚ ਹੈ? ਦੇਖੋ ਕੇਪੀ, ਸਨਮਾਨਿਤ ਹੁੰਦਾ ਚਾਹੇ ਗੋਲਡ ਮੈਡਲ ਦੇ ਦਿਓ ਚਾਹੇ ਮਿੱਟੀ ਦਾ ਮੈਡਲ ਦੇ ਦਿਓ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਕਿ ਗੋਲਡ ਸਨਮਾਨ ਦੇ ਵਿੱਚ ਸਰ ਤੁਸੀਂ ਹੱਕ ਵਿੱਚ ਹੋ ਜਾਂ ਨਹੀਂ, ਬੜਾ ਸਿੰਪਲ ਸਵਾਲ ਹੈ ਸਰ ਹਰਦੀਪ ਸਿੰਘ ਕਿੰਗਰਾ, ਉਦੋਂ ਬਾਅਦ ਤੁਸੀਂ ਆਪਣੀਆਂ ਗੱਲਾਂ ਕਰ ਲਈਆਂ, ਮੈਨੂੰ ਪਤਾ ਤੁਸੀਂ ਗੱਲ ਕਰ ਸਕਦੇ ਹੋ ਇਸ ਤੋਂ ਅੱਗੇ ਵੀ ਬਹੁਤ ਵੱਡੀ, ਮੈਨੂੰ ਦੱਸੋ ਸਰ। ਨਹੀਂ ਕੇਪੀ, ਸਨਮਾਨ ਦੇ ਹੱਕ ਵਿੱਚ ਹੈ ਕਾਂਗਰਸ ਸਰ? ਮੈਂ ਸਰ ਬੜਾ ਸਧਾਰਨ ਸਵਾਲ ਕਰਦਾ ਕਿੰਗਰਾ ਸਾਹਿਬ, ਪਲੀਜ਼
मैंने इन्ना का जवाब दे दो सर, उस तो बाद अगर होर मौका दूंगा ना तुम्हें, बोलो सन्मान सन्मान के हक में। मैं कुंवर विजय सिंह के सन्मान लैण के हक च नहीं हाँ, नाराज करदे हो भावे तुसी सच ही बोलदे हो। सो इस करके जो तुहाडा रोल इस तरह का होवे कि एक धिर ने थोड़े ते नाराज होना ही होना है, उस वेले थोनू जिहड़ी धिर खुश हुंदी है उस तों कदे भी सन्मानित होना नहीं चाहीदा। इह सरकारी इनकुआरी का असूल है, जज कद उस तो वधाई नहीं लेंगे जेडे बंदे वास्ते हो इंसाफ करते हैं, तो वो जुतियां नहीं खाते जेडे बंदे वास्ते उन्होंने इंसाफ उल्ट किया होंगे। बहुत धन्यवाद, बहुत धन्यवाद इससे कमेंट दिता है। हुण तुसीं आपदी गल रख सकते हो, बोलो। मैं गल ये रखनी चाहना के पी देखो साहिब श्री गुरु ग्रंथ साहब की बेअदबी हुई, कोटकपुरे से बहबल कल गोली चली, असी उत्थे सी उस दिन जिहड़ी बेअदबी हुई तो गोली चली वह अकालियां की सरकार वेले चली, सरदार प्रकाश सिंह बादल होना दे मुख्यमंत्री वेले चली, तो सरदार सुखबीर सिंह बादल होना दे मुख मुख्यमंत्री ते गृहमंत्री वेले चली, उन्होंने बहुत वड्डी सज़ा दी लोगों ने, उन्होंने हाशिए ते लिया के खड़े कर दिता, मजोरिटी पार्टी तो 12-14 लोगों ते लिया के खड़े कर दिता, सज़ा दी लोगों ने। इस तरह सारयां नूं ख्याल रखना चाहिए कि जे उन्होंने लोगों को जस्टिस से ना लिया गया जिहड़े गुरु ग्रंथ साहब की बेअदबी वास्ते जिम्मेवार है, जां गुरु ग्रंथ जां बहबल कलां ते कोटपुरा गोली कांड वास्ते जिम्मेवार है, तो जिहड़े भी उन्हां दी मदद करनगे जां जिहड़े भी इहनूं लंबछंडे बस्ते च पाउणगे उन्हां नूं भी हाशिए ते लिया के खड़ा कर देणगे लोक। इह इक सच्चाई है, चाहे मन्नण चाहे ना मन्नण। कांग्रेस एडमिट करदी है इह, जे तुसीं इंसाफ ना दवाया हाशिए तुसीं भी आउणा। फिर मैं कांग्रेस की गल नहीं करता, मैं अकालिया की गल नहीं करता, अकालिया की गल इस करके करदे आ क्योंकि पार्ट ऑफ हिस्टरी है, फ्यूचर की गल इस करके करदा कि जिन्हें भी यह किया जे कांग्रेस करेगी कांग्रेस हाशिए ते आ जाएगी। नहीं मेरा तो परसनल यही है कि मेरा ख्याल है कि कुंवर विजय प्रताप नूं 10 वारी सोचना चाहिए सी इहो जी किसी की पॉलिटिक्स जाने तो पहले। ठीक ठीक है। हाँ प्रसन्न मनजीत सिंह, मेरा हुण अगला सवाल है सर, गोल्ड मैडल उन्होंने तो लिता सर जिन्होंने बरगाड़ी मोर्चा लाया सी, मोर्चे तो भज गए सर वो, प्रसन्न मनजीत सिंह मैं बड़े साफ शब्दों में गल कह रहा। ठीक है गल, उत्थे वड्डा मोर्चा लगा सी, इह वी सी ईवन सुखपाल खहरा जा रहे सीगे होर सारे सी, ते हुण जदों इह साड़न वालियां गल्लां हो रहियां ते सुखपाल खहरा ते परमिंदर ढींडसा ते सारियां पार्टियां नाल ही उत्थे नजर आ रहे सीगे, उत्थे उन्हां फोटोआं दे डिबडबा साहब भी सीगे, रणजीत सिंह भी जिहड़े पहलां अकाल तख्त वाले जथेदार, उन्होंने कहा कि असीं फूकांगे ते इह सारे इकट्ठे सी। मैनूं लगदा इहदे नाल किहो जी किहड़ी पॉलिटिक्स असीं करना चाहुंदे आ, जो पॉलिटिक्स हो गई अकाली दल वेले ते जिहड़ी उन्होंने जिस तरह भी लोगों ने उन्होंने नकारिया उदों बाद उहो ही किस्म की पॉलिटिक्स कांग्रेस करती रही, ते हुण तुहाडे सामने किंगरा साहब ने साफ कहता कि उहदी सजा कांग्रेस नूं मिलण वाली हैगी क्योंकि हुण किसे सिरे गल लगनी नहीं, उसे तरीके की पॉलिटिक्स उह भी कर रहे उहदे च कोई अलग गल नहीं हैगी। मैनूं ते यही अफसोस हुंदा कि साडे पंजाब दे अंदर जिसनों के इस वे एक बहुत हैल्दी पॉलिटिक्स जी अगह बधू सोच वाली पॉलिटिक्स यदा अखाड़ा रहा किसी वे, और ये उम्मीदा मेरिया इन्होंने बहुत वधिया लीडर भी पैदा किए, बड़िया मूवमेंटा भी इतने लड़िया आजादी वेले भी तो उदो बाद भी, पर अज जिस किस्म की राजनीति इतने हो गई है वह ज्यादा खाऊ पीऊ हंडाऊ ऐश करू उस किस्म की हो गई है, ये चो बाहर आने की लड़ हैगी। इस वे जोड़ा भी राजनीति चाहता वह कोई कहन जो मर्जी कही जाए राज नहीं सेवा चो किस तरह, पर है राज नहीं मेवा आ, वह मेवे करके ही वो सारे लोग उधर चले हुए। मैनू लगता कि इस रट चो जब तक असं बहर नहीं आते हूँ जी, ये जे एक लास्ट गल मैं जरूर के पी सिंह जी कही हाँ, एक जी नवी रवायत चल पी है कि सी जी आई राज्यसभा का मैंबर बना, आई पी एस अफसर आई ए एस अफसर स्वाद पै गया कि उन्होंने सत्ता माणी होंगी हूँ फिर पॉलिटिक्स में लै जाने जा उन्होंने ले जाने लिए इनकरेज करना, यो ही कुंवर विजय प्रताप सिंह बारे भी है कि पिछली बारी मैनू मैं आप नहीं उन्होंने पूछया पर एक गल काफ़ी चर्चा के रस्से तड़ा रहे आम आदमी पार्टी वालों चोन लड़ ली
ਹੁਣ ਕੀ ਉਹ ਦੁਬਾਰਾ ਇਸ ਗੱਲ ਦੀ ਤਿਆਰੀ ਕਰ ਰਹੇ ਆ ਜੇ ਉਹ ਇਸ ਪਾਸੇ ਨੂੰ ਕੇਪੀ ਸਿੰਘ ਜਾਣਗੇ ਸਾਫ਼ ਇਹ ਗੱਲ ਹੋ ਜੂਗੀ ਕਿ ਇਹ ਜਿਹੜੀ ਇਨਕੁਆਇਰੀ ਦੇ ਵਿੱਚ ਸੀਗੇ ਉਹ ਕਿਸੇ ਕਿਸਮ ਦੀ ਤਰੀਕੇ ਨਾਲ ਰਾਜਨੀਤੀ ਤੋਂ ਪ੍ਰਭਾਵਿਤ ਸੀ ਇਸ ਲਈ ਇਹ ਜਿਹੜੇ ਅਫਸਰ ਆ ਭਾਵੇਂ ਉਹ ਜੱਜ ਹੋਣ ਭਾਵੇਂ IAS ਅਫਸਰ ਹੋਣ ਭਾਵੇਂ ਉਹ IPS ਅਫਸਰ ਹੋਣ ਉਹਨਾਂ ਦਾ ਕੁਛ ਨਾ ਕੁਛ ਪੀਰੀਅਡ 5-7 ਸਾਲ ਦਾ ਰੱਖਣਾ ਚਾਹੀਦਾ ਕਿ ਉਦੋਂ ਬਾਅਦ ਉਹ ਨਹੀਂ ਇਲੈਕਸ਼ਨ ਲੜਨਗੇ ਨਹੀਂ ਤੇ ਸਾਰੇ ਉੱਧਰ ਨੂੰ ਚੱਲੇ ਹੋਏ ਹੁਣ ਤੇ ਆਵਾ ਹੀ ਉੱਤ ਗਿਆ ਹਰ ਕੋਈ ਚਾਹੁੰਦਾ ਕਿ ਮੈਨੂੰ ਪਹਿਲਾਂ ਚੀਫ ਮਿਨਿਸਟਰ ਬਣਾਓ ਇਹ ਬੜਾ ਵੱਡਾ ਸਵਾਲ ਖੜਾ ਕਰਤਾ ਤੁਸੀਂ 5-7 ਸਾਲ ਦਾ ਗੈਪ ਹੋਣਾ ਚਾਹੀਦਾ ਇਕਬਾਲ ਸਿੰਘ ਜੀ ਤੁਸੀਂ ਇਸੇ ਕਰਕੇ ਹਮਾਇਤ ਕਰ ਰਹੇ ਹੋ ਕਿ ਕੱਲ੍ਹ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਆ ਉੱਥੋਂ ਚੋਣ ਲੜ ਸਕਦੇ ਆ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਗੋਲਡ ਮੈਡਲ ਦੇ ਸਨਮਾਨ ਵਾਲੀ ਹਮਾਇਤ ਕਰਨੀ ਹੀ ਪੈਣੀ ਹੈ ਇਕਬਾਲ ਸਿੰਘ ਇਸ ਨੂੰ ਇਸ ਤਰੀਕੇ ਨਾਲ ਸਮਝਿਆ ਜਾਵੇ ਨਹੀਂ ਦੇਖੋ ਕੁੰਵਰ ਵਿਜੇ ਪ੍ਰਤਾਪ ਅੱਜ ਦੀ ਘੜੀ ਕੀ ਹੈ ਔਰ ਅਸਤੀਫਾ ਦੇ ਚੁੱਕਿਆ ਤੇ ਅਸਤੀਫਾ ਉਹਨੇ ਕਿਹਦੇ ਕਰਕੇ ਦਿੱਤਾ ਵੀ ਇਨਸਾਫ਼ ਨੂੰ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਗੋਲੀਕਾਂਡ ਚ ਇਨਸਾਫ਼ ਨਹੀਂ ਮਿਲਿਆ ਤਾਂ ਕਰਕੇ ਅਸਤੀਫਾ ਦਿੱਤਾ ਨੌਕਰੀ ਛੱਡੀ ਹੈ ਉਹਦੇ ਕਰਕੇ ਉਹਨੂੰ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਇੱਕ ਮਿੰਟ ਆ ਰਿਹਾ ਸਰ ਉਹ ਰਿਸਪੋਂਡੈਂਟ ਨੰਬਰ 3 ਆ ਸਰ ਉਹਦੇ ਵਿੱਚ ਉਹ ਜਾ ਕੇ ਪਾਲਣ ਹੁਣ ਅਪੀਲ ਪਾਲਣ ਪਟੀਸ਼ਨ ਪਾਲਣ ਸਰ ਕਿਉਂ ਨਹੀਂ ਬੰਦੇ ਪਾਰਟੀ ਉੱਤੇ ਬਣੇ ਹੋਏ ਨਾ ਜਾਣ ਉਹ ਕਿਉਂ ਨਹੀਂ ਕਰਦੇ ਪਏ ਨਹੀਂ ਮੈਂ ਜਿਹੜੀ ਗੱਲ ਪਹਿਲਾਂ ਪਹਿਲੇ ਸੈਗਮੈਂਟ ਚ ਕਹੀ ਸੀ ਜੇ ਉਹ ਬੰਦਾ ਸਿਸਟਮ ਚ ਆ ਜੇ ਫਿਰ ਵਧੀਆ ਨਹੀਂ ਉਹ ਕੰਮ ਕਰ ਸਕਦਾ ਅਪੀਲਾਂ ਦਲੀਲਾਂ ਨੂੰ ਕੌਣ ਮੰਨਦਾ ਇੱਥੇ ਕਾਨੂੰਨ ਦਾ ਰਾਜ ਹੈਗਾ ਜਿਹੜੀਆਂ ਗੱਲਾਂ ਤੁਸੀਂ ਕਿਹੜੇ ਸਰ ਆਪ ਕਹਿੰਦੇ ਮੈਂ ਵਕੀਲ ਹਾਂ ਸਰ ਉਹ ਆਪ ਕਹਿੰਦੇ ਵਕੀਲ ਹਾਂ ਮੈਂ ਤੁਹਾਨੂੰ ਪਤਾ ਹੀ ਨਹੀਂ ਅਜੇ ਤੱਕ ਤੁਸੀਂ ਗੱਲਾਂ ਕਿਹੜੀਆਂ ਕਰਦੇ ਸਿਸਟਮ ਖਤਮ ਹੋ ਚੁੱਕਿਆ ਕਲੈਪਸ ਕਰ ਗਿਆ ਸਿਸਟਮ ਜੇ ਚੰਗੇ ਬੰਦੇ ਸਿਸਟਮ 'ਚ ਜਾ ਕੇ ਤਾਂ ਹੀ ਸਿਸਟਮ ਠੀਕ ਹੋਊਗਾ ਤੁਸੀਂ ਐ ਕਹਿੰਦੇ ਉਹਨਾਂ ਬੰਦਿਆਂ ਵਾਸਤੇ ਬੈਰੀਅਰ ਲਾ ਦਿਓ ਇਹ ਕਿਹੜੇ ਚੰਗੀਆਂ ਗੱਲਾਂ ਤੁਹਾਡੀਆਂ ਫਿਰ ਸਰ ਤੁਸੀਂ ਕਹਿ ਦਿਓ ਨਾ ਓਪਨਲੀ ਕਹਿ ਦਿਓ ਇਕਬਾਲ ਸਿੰਘ ਜੀ ਉਹ ਓਪਨਲੀ ਕਹਿ ਦਿਓ ਨਾ ਕੁੰਵਰ ਵਿਜੇ ਪ੍ਰਤਾਪ ਸਾਡੀ ਪਾਰਟੀ ਸ਼ਾਮਲ ਹੋਣ ਜਾ ਰਿਹਾ ਓਪਨਲੀ ਕਿਉਂ ਨਹੀਂ ਬੋਲਦੇ ਪਏ ਬੋਲੋ ਫਿਰ ਅੱਜ ਤੁਹਾਨੂੰ ਵੀ ਕਹਿਣਾ ਮੈਂ ਤਾਂ ਤੁਹਾਨੂੰ ਵੀ ਕਹਿਣਾ ਕੇਪੀ ਜੀ ਤੁਸੀਂ ਵੀ ਆ ਜਾਓ ਸਰ ਇਕਬਾਲ ਸਿੰਘ ਜੀ ਕਿਉਂ ਕਰੀਏ ਤੁਸੀਂ ਸਰ ਮੈਂ ਸਿੱਧਾ ਸਵਾਲ ਕਰ ਰਿਹਾ ਇਕਬਾਲ ਸਿੰਘ ਜੀ ਪ੍ਰਤਾਪ ਕਿਉਂ ਨਾ ਆਵੇ ਕਿਉਂ ਨਾ ਆਵੇ ਇਹਦਾ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵੈਲਕਮ ਕਰਦੀ ਪਈ ਹੈ ਜਾਂ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਇਸ ਵਕਤ ਬੋਲੋ ਸਰ ਨਹੀਂ ਹਿੱਸੇ ਦੀ ਗੱਲ ਨਹੀਂ ਮੈਂ ਕਹਿੰਦਾ ਹਾਂ ਬੋਲੋ ਮੈਂ ਕਹਿੰਦਾ ਇਹ ਜੇ ਉਹ ਰਾਜਨੀਤੀ 'ਚ ਆਉਣਾ ਚਾਹੁੰਦਾ ਤਾਂ ਕਿਉਂ ਨਾ ਆਵੇ ਇਹਦਾ ਗੱਲ ਇਹਦਾ ਜਵਾਬ ਦਿਓ ਤੇ ਕਿਉਂ ਆਮ ਆਦਮੀ ਪਾਰਟੀ 'ਚ ਕਿਉਂ ਆਵੇ ਫਿਰ ਆਮ ਆਦਮੀ ਪਾਰਟੀ 'ਚ ਕਿਉਂ ਆਵੇ ਫਿਰ ਕਿਉਂ ਅਸੀਂ ਕੁਝ ਲੈਟਰ ਦਿੱਤਾ ਉਹਨੂੰ ਵੀ ਸਾਡੀ ਪਾਰਟੀ 'ਚ ਆ ਜਾ ਇਹ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਸਰ ਨਹੀਂ ਤੁਸੀਂ ਇਹ ਦਾਵਾ ਕਿੱਥੋਂ ਪੇਸ਼ ਕਰਤਾ ਹਾਂ ਸਰ ਤੁਹਾਡੇ ਤੇ ਇਲਜ਼ਾਮ ਲੱਗਦੇ ਪਏ ਆ ਕਿ ਆਮ ਆਦਮੀ ਪਾਰਟੀ ਸ਼ਹਿ ਪ੍ਰਾਪਤ ਹੈ ਅਕਾਲੀ ਦਲ ਇਲਜ਼ਾਮ ਲਾ ਰਿਹਾ ਤੁਹਾਡੇ ਤੇ ਆ ਬੈਠੇ ਨਾਲ ਅਸੀਂ ਸਹਿ ਹਰ ਇੱਕ ਇਮਾਨਦਾਰ ਆਦਮੀ ਨੂੰ ਕਹਾਂਗੇ ਅਸੀਂ ਤੁਹਾਡੀ ਵੀ ਸਹਿ ਤੇ ਖੜਾਂਗੇ ਇਹਦੀ ਕੋਈ ਗੱਲ ਨਹੀਂ ਹੈਗੀ ਕਿਸੇ ਦਾ ਇਮਾਨਦਾਰ ਦੀ ਪਿੱਠ ਤੇ ਖੜਾਂਗੇ ਠੀਕ ਹੈ ਹਾਂ ਸਿੰਦਰ ਸਿੰਘ ਗਿੱਲ ਤੁਸੀਂ ਸਰ ਕਿਵੇਂ ਕਹਿ ਰਹੇ ਹੋ ਕਿ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਕੁੰਵਰ ਵਿਜੇ ਪ੍ਰਤਾਪ ਨੇ ਇਹ ਦੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਕੇਰੀਵਾਲ ਨਾਲ ਮਿਲ ਕੇ ਉਧਰੋਂ ਪਟਿਆਲੇ ਤੋਂ ਸਿੱਧੂ ਸਾਹਿਬ ਦਾ ਮੈਂ ਸਿੱਧੂ ਸਾਹਿਬ ਦੀ ਗੱਲ ਬਾਅਦ ਚ ਕਰ ਲੂੰਗਾ ਸਰ ਇਹ ਆਮ ਆਦਮੀ ਪਾਰਟੀ ਦਾ ਰੋਲਾ ਕੀ ਹੈ ਸਰ ਸਿੰਦਰ ਸਿੰਘ ਗਿੱਲ ਏਪੀ ਜੀ ਇਕਬਾਲ ਜੀ ਨੇ ਹੁਣੇ ਕਿਹਾ ਵੀ ਸਿਸਟਮ ਕੋਲੈਪਸ ਹੋ ਚੁੱਕਾ ਇੱਥੇ ਕੋਈ ਸਿਸਟਮ ਨਹੀਂ ਹਿੰਦੁਸਤਾਨ 'ਚ ਇੱਥੇ ਕੁਛ ਨਹੀਂ ਹੋ ਸਕਦਾ ਫਿਰ ਇਹਨਾਂ ਨੂੰ ਪੁੱਛੋ ਤੁਸੀਂ ਪੰਜਾਬ ਦੀ ਰਾਜਨੀਤੀ 'ਚ ਕੀ ਲੈਣ ਆਏ ਹੋ ਸਰ ਇਹਨਾਂ ਨੂੰ ਕਿਉਂ ਪੁੱਛਿਆ ਸਰ ਤੁਹਾਨੂੰ ਪੁੱਛਦਾ ਮੈਂ ਤੁਸੀਂ ਇਨਸਾਫ਼ ਕਿਉਂ ਨਹੀਂ ਦਿੱਤਾ ਸਰ ਤੁਸੀਂ ਇਨਸਾਫ਼ ਕਿਉਂ ਨਹੀਂ ਦਿੱਤਾ ਮੈਂ ਇਹਨਾਂ ਨੂੰ ਕਿਉਂ ਪੁੱਛਿਆ ਸਰ ਇਹਨਾਂ ਦੀ ਸਰਕਾਰ ਥੋੜੀ ਇੱਥੇ ਤੁਹਾਡੀ ਸਰਕਾਰ ਸੀ ਉਦੋਂ ਇੱਕ ਮਿੰਟ ਪਲੀਜ਼ ਜਦੋਂ ਸਰਕਾਰਾਂ ਬਣਾਉਂਦੇ ਆ ਉਦੋਂ ਪੁਲਿਸ ਐਡਮਿਨਿਸਟ੍ਰੇਸ਼ਨ ਹੁੰਦੀ ਆ ਸਿਵਲ ਐਡਮਿਨਿਸਟ੍ਰੇਸ਼ਨ ਹੁੰਦੀ ਤੇ ਜੁਡੀਸ਼ਰੀ ਹੁੰਦੀ ਇਹਨਾਂ ਨੂੰ ਤੇ ਕਿਸੇ ਤੇ ਵੀ ਵਿਸ਼ਵਾਸ ਨਹੀਂ ਹੈਗਾ ਸਤਿੰਦਰ ਸਿੰਘ ਗਿੱਲ ਅੱਜ ਹਾਈ ਕੋਰਟ ਨੇ ਫੈਸਲਾ ਕੀਤਾ ਇਹ ਤੇ ਸਾਰੇ ਉਹਦੇ ਖਿਲਾਫ ਹੋਈ ਫਿਰਦੇ ਆ ਸਤਿੰਦਰ ਸਿੰਘ ਗਿੱਲ ਮੰਨ ਲਈ ਗੱਲ ਸਰ ਇਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ ਸਤਿੰਦਰ ਸਿੰਘ ਗਿੱਲ ਇੱਕ ਮਿੰਟ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਦੀ ਨੌਕਰੀ ਛੱਡੀ ਆ ਸਰ ਤੁਸੀਂ ਇਸ ਮਾਮਲੇ 'ਚ ਇਨਸਾਫ਼ ਨਹੀਂ ਦਿਵਾ ਸਕੇ ਤੁਸੀਂ ਕੀ ਕੀਤਾ ਸਰ ਉਸ ਤੋਂ ਬਾਅਦ ਤੁਹਾਡਾ ਕੀ ਰਿਐਕਸ਼ਨ ਸੀਗਾ ਮੈਨੂੰ ਪੁੱਛ ਰਹੇ ਜੀ ਤੁਸੀਂ ਬਿਲਕੁਲ ਸਤਿੰਦਰ ਸਿੰਘ ਗਿੱਲ ਕੀ ਪੁੱਛ ਰਹੇ ਹੋ ਮੈਂ ਪੁੱਛ ਰਿਹਾ ਕੁੰਵਰ ਵਿਜੇ ਪ੍ਰਤਾਪ ਨੇ ਨੌਕਰੀ ਛੱਡਤੀ ਸਰ ਜੇ ਮਰਜ਼ੀ ਛੱਡੀ ਜਿਹਨੇ ਮਰਜ਼ੀ ਹਾਲਾਤਾਂ ਛੱਡੀ ਹੈ ਤੁਸੀਂ ਇਸ ਮਾਮਲੇ 'ਚ ਇਨਸਾਫ਼ ਨਹੀਂ ਦਿਵਾ ਸਕੇ ਤੁਸੀਂ ਕੀ ਕੀਤਾ ਤੁਹਾਡੀ ਪਾਰਟੀ ਨੇ ਕੀ ਕੀਤਾ ਇਨਸਾਫ਼ ਭਾਜੀ ਤੁਸੀਂ ਸਾਨੂੰ ਇਸ ਬੇਅਦਬੀ ਤੇ ਕੋਟਕਪੂਰਾ ਵਾਲੇ ਕੇਸ ਦੀ ਇਨਸਾਫ਼ ਦੀ ਗੱਲ ਕਰਦੇ ਹੋ ਸਤਿੰਦਰ ਸਿੰਘ ਗਿੱਲ ਮੈਂ ਉਸੇ ਇਨਸਾਫ਼ ਦੀ ਗੱਲ ਕਰ ਰਿਹਾ ਸਰ ਜਿਹੜੇ ਇਨਸਾਫ਼ ਨਾ ਦੇਣ ਕਰਕੇ ਤੁਹਾਨੂੰ ਸੱਤਾ ਤੋਂ ਲਾਇਆ ਗਿਆ ਸਰ ਮੈਂ ਉਸੇ ਦੀ ਗੱਲ ਕਰ ਰਿਹਾ ਮੈਂ ਦੱਸਦਾ ਜਿਹੜਾ ਕਿੰਗਰਾ ਸਾਹਿਬ ਨੇ ਵੀ ਗੱਲ ਕੀਤੀ ਹੈ ਨਾ ਵੀ ਸਾਡੀ ਬਦਕਿਸਮਤੀ ਆ ਵੀ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਤੇ ਲੋਕਾਂ ਨੇ ਸਾਨੂੰ 14 ਸੀਟਾਂ ਤੇ ਲੈਣ ਦਾ ਇਹ ਬਿਲਕੁਲ ਗੱਲ ਮੈਂ ਕਿੰਗਰਾ ਸਾਹਿਬ ਦੀ ਸਹਿਮਤ ਹਾਂ ਅਸੀਂ 14 ਸੀਟਾਂ ਤੇ ਕਿਵੇਂ ਆ ਗਏ ਕਿਉਂਕਿ ਉਸ ਇਸ਼ੂ ਦੀ ਇੰਨਾ ਪੋਲਿਟਿਸਾਈਜ਼ ਕੀਤਾ ਗਿਆ ਉਸ ਇਸ਼ੂ ਨੂੰ
सर किस्मत ना सरकारां नहीं चलदियां बद किस्मत ना को आदे आपनूं कृपा करके हां बोलो बोलो मेरी गल नहीं सुन रहे सर बोलो ना बद किस्मती ना को ना सर किस्मत दा मामला थोड़ा है क्रिटिसाइज कीता सानू 14 सीटां ते लैण दा सी मन गए अज 4.5 साल हो गए इन्हां ने उस इशू नूं समय दर समय इलैक्शनां दे नेड़े कुंवर विजय प्रताप नूं यूज कीता ते उहदा राजनीतिक लाहा लैण दी कोशिश कीती अज भी ਇਹ ਹਾਈ ਕੋਰਟ ਜੇ ਇੰਟਰਵੈਂਸ਼ਨ ਨਾ ਹੁੰਦੀ ਅੱਜ ਵੀ ਇਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਨੂੰ ਪੋਲੀਟਿਸਾਈਜ਼ ਕਰਕੇ ਉਹਦਾ ਫਾਇਦਾ ਲੈਣਾ ਸੀ ਮੈਂ ਇੱਕ ਚੈਲੰਜ ਕਰਦਾ ਓਪਨਲੀ ਸਾਡੇ ਪਾਰਟੀ ਪ੍ਰੈਜ਼ੀਡੈਂਟ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਜਿੰਨੀ ਕੀਤੀ ਹੈ ਉਹਦਾ ਕੱਖ ਨਾ ਰਹੇ ਜਿੰਨੇ ਰਾਜਨੀਤੀ ਕਰਦੀ ਉਹਦਾ ਕੱਖ ਨਾ ਰਹੇ ਕੀ ਕੈਪਟਨ ਅਮਰਿੰਦਰ ਸਿੰਘ 'ਚ ਅੱਜ ਹਿੰਮਤ ਹੈਗੀ ਆ ਮੀਡੀਆ ਸਾਹਮਣੇ ਇਹ ਆਖੇ ਵੀ ਮੈਂ ਗੁਰੂ ਮਹਾਰਾਜ ਦੀ ਬੇਅਦਬੀ ਤੇ ਰਾਜਨੀਤੀ ਨਹੀਂ ਕੀਤੀ जवाब नहीं मिलता मैनूं सवाल होर तिखे करने पैंदे आ होर तिखे करूंगा सवाल वापस आ रहे कोटकपुरा गोलीकांड से पंजाब मौजूदा पॉलिटिक्स का असल मकसद की है हरदीप सिंह गिंगरा सर नवजोत सिंह सिद्धू मामला चकते हैं तुम कहने कि केजरीवाल ना मिल के वह चोणा लड़ना चाहते पटियाले तो जे इंसाफ नहीं मिलता आम आदमी पार्टी के इल्जाम यह लगता कि ये आपस मिले हुए है श्रोमणी अकाली दल कहता सर हरदीप सिंह गिंगरा गुनाह होया श्रोमणी अकाली दल भाजपा की सरकार वेले इंसाफ दोना सी कांग्रेस सरकार ने सर इन आम आदमी पार्टी का कसूर की है सारा कुछ आम आदमी पार्टी ने किया सर ना उन्होंने को कागज ना उन्होंने को सबूत सर उन्होंने तो सवाल करने हैं ना मुख्य विरोधी धिर च बैठे हरदीप सिंह गिंगरा सारा कुछ केजरीवाल कर रहा सारा कुछ आम आदमी पार्टी करती पी है नहीं वेखो आम आदमी पार्टी की जी गल करते इकबाल सिंह हुणी कि ईमानदार लोगों असं वेलकम करते हैं इन्हों तो सामभे ही नहीं गए ईमानदार लोग बड़े ईमानदार लोग आए थे इन्होंने को प्रोफेसर मनजीत सिंह बैठे है सर आप उस डिबेट च ना जाइए हरदीप सिंह गिंगरा प्लीज आप उस डिबेट च ना जाइए सर मैं बहुत बारी समझाया जो मैं परजिंग करके लीडर ना लियाओ लीडर पैदा करो परजिंग करने वाले लीडर जिहड़ियां दूजियां पार्टियां च नकारे हुए है जदों तुसीं उन्हां नूं लैके आओगे तुहाडा कख नहीं रहना क्योंकि उन्होंने सियासत खेडनी है इत्थे चलो हरदीप सिंह गिंगरा आपां डाइवर्ट हो जांगे मुद्दे पैसों दे लालची सर मुद्दे डाइवर्ट हो जांगे सर मैं नहीं होने दूंगा सर सर डाइवर्ट नहीं होने दूंगा हरदीप सिंह गिंगरा प्लीज सुन लिया करो सर नहीं डाइवर्ट होने दूंगा सर मैं हरदीप सिंह गिंगरा की आम आदमी पार्टी दे नाल कुंवर विजय प्रताप की मिली भुगत है सर कांग्रेस भी मनदी है ਉਹ ਕੁੰਵਰ ਵਿਜੇ ਪ੍ਰਤਾਪ ਇੱਕ ਸਿੰਪਲ ਇੰਡੀਵਿਜੂਅਲ ਹੈ ਨਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਕਰਕੇ ਇਹਦਾ ਕੋਈ ਪਰੜਾ ਭਾਰੀ ਹੋਣਾ ਤੇ ਨਾ ਹੀ ਉਹਦਾ ਕੋਈ ਅਸਰ ਹੋਣਾ ਹੈਗਾ ਇਹ ਯਾਦ ਰੱਖਿਓ ਮੇਰੀ ਗੱਲ ਕੀ ਪਹਿਲਾਂ ਗੱਲਬਾਤ ਹਰਦੀਪ ਸਿੰਘ ਗਿੰਗਰਾ ਤੁਸੀਂ ਪਾਰਟੀ 'ਚ ਰਹੇ ਹੋ ਆਮ ਆਦਮੀ ਪਾਰਟੀ 'ਚ ਚਲੋ ਤਾਂ ਮੈਂ ਤੁਹਾਡੇ ਨਾਲ ਸਵਾਲ ਲੈ ਲੈਣਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਗੱਲਬਾਤ ਚੱਲਦੀ ਸੀ ਆਮ ਆਦਮੀ ਪਾਰਟੀ ਨਾਲ ਜਿਵੇਂ ਅਕਾਲੀ ਦਲ ਕਹਿ ਰਿਹਾ ਵਾਰ ਵਾਰ ਫਰਕ ਹੀ ਕੋਈ ਨਹੀਂ ਪੈਂਦਾਗਾ ਇੱਕ ਅਫਸਰ ਦੇ ਉੱਥੇ ਜਾਣ ਨਾਲ ਕੀ ਫਰਕ ਪੈਂਦਾ ਸਾਰੇ ਕਹਿੰਦੇ ਅਸਤੀਫਾ ਦਿੱਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਨਹੀਂ ਦਿੱਤਾ ਉਹਨੇ ਰਿਟਾਇਰਮੈਂਟ ਲਈ ਹੈ ਪੈਨਸ਼ਨ ਲਊਗਾ ਆਪਦੀ ਕੇਜਰੀਵਾਲ ਵੀ ਝੂਠ ਬੋਲਦਾ ਰਿਹਾ ਕਿ ਮੈਂ ਅਸਤੀਫਾ ਦਿੱਤਾ ਉਹ ਵੀ ਪੈਨਸ਼ਨ ਲੈ ਰਿਹਾ ਅੱਜ ਜਾ ਕੇ ਵੇਖ ਲਓ ਮੈਂ ਤੁਹਾਨੂੰ ਪੈਨਸ਼ਨ ਦਾ ਉਹਦਾ ਪੀਪੀਓ ਕਢਾ ਦਿੰਦਾ ਐਵੇਂ ਝੂਠ ਬੋਲੀ ਜਾਂਦੇ ਹੋ ਕਿ ਅਸੀਂ ਅਸਤੀਫੇ ਦਿੱਤੇ ਆ ਹਰਦੀਪ ਸਿੰਘ ਗਿੰਗਰਾ ਤੁਸੀਂ ਪੈਨਸ਼ਨਾਂ ਲਈ ਜਾਂਦੇ ਹੋ ਕਹੀ ਜਾਂਦੇ ਹੋ ਅਸੀਂ ਅਸਤੀਫੇ ਦਿੱਤੇ ਉਹਨਾਂ ਨੇ 20 ਸਾਲ ਬਾਅਦ ਪੈਨਸ਼ਨ ਲੈ ਲੈਂਦੇ ਆ ਹਰਦੀਪ ਸਿੰਘ ਗਿੰਗਰਾ ਉਹਨਾਂ ਨੇ 20 ਸਾਲ ਬਾਅਦ ਜਦੋਂ ਬੰਦਾ ਪੈਨਸ਼ਨ ਲੈਂਦਾ 5 ਸਾਲ ਉਹਦੀ ਐਡ ਹੋ ਜਾਂਦੀ ਹੈ ਸਰਵਿਸ ਉਹਨੂੰ 25 ਸਾਲ ਦੀ ਸਰਵਿਸ ਕਾਊਂਟ ਕਰਕੇ ਪੈਨਸ਼ਨ ਮਿਲਦੀ ਹੈ ਹਰਦੀਪ ਸਿੰਘ ਗਿੰਗਰਾ 33 ਸਾਲ ਦੀ ਮਿਲਦੀ ਹੈ ਕਿੰਗਰਾ ਸਾਹਿਬ ਫਰਕ ਪੈਂਦਾ 5-7 ਹਜ਼ਾਰ ਦਾ ਕਿੰਗਰਾ ਸਾਹਿਬ ਕਾਂਗਰਸ ਇਹ ਮੰਨਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਨਸਾਫ ਨਾ ਮਿਲਣ ਕਰਕੇ ਨੌਕਰੀ ਨਹੀਂ ਛੱਡੀ ਕਾਂਗਰਸ ਇਹ ਮੰਨਦੀ ਪਈ ਹੈ ਦੇਖੋ ਬਹੁਤ ਲੋਕਾਂ ਨੇ ਨੌਕਰੀ ਛੱਡੀ ਹੈ ਇਹ ਕੋਈ ਪਹਿਲੇ ਅਫਸਰ ਹੈ ਆਪਣੇ ਹੋਮ ਮਿਨਿਸਟਰ ਜਿਹੜੇ ਹੁੰਦੇ ਸੀਗੇ ਉਹ ਮੰਤਰੀ ਬਣੇ ਹੋਏ ਆ ਉਹਨਾਂ ਨੇ ਨੌਕਰੀ ਸਰ ਆਪਾਂ ਹੋਰ ਐਗਜ਼ਾਮਪਲ ਚ ਕਿਉਂ ਪੈ ਗਏ ਕਿੰਗਰਾ ਸਾਹਿਬ ਮੈਂ ਤਾਂ ਸਵਾਲ ਹੀ ਬੜਾ ਸਧਾਰਨ ਕਰਦਾ ਸਰ ਕਿਉਂ ਆਪਾਂ ਡਿਬੇਟ ਨੂੰ ਡੀਰੇਲ ਕਰ ਦਿੰਦੇ ਆ ਕੁੰਵਰ ਜੇ ਪ੍ਰਤਾਪ ਨੇ ਇੱਕ ਮਿੰਟ ਸਰ ਪਲੀਜ਼ ਕਿੰਗਰਾ ਸਾਹਿਬ ਕੁੰਵਰ ਜੇ ਪ੍ਰਤਾਪ ਨੇ ਇਸ ਕਰਕੇ ਨੌਕਰੀ ਤਾਂ ਨਹੀਂ ਛੱਡੀ ਕਿ ਇਨਸਾਫ ਨਹੀਂ ਮਿਲਿਆ ਕਾਂਗਰਸ ਕੀ ਕਹਿੰਦੀ ਹੈ
देखो कुंवर विजय प्रताप सिंह एक इमोशनल आदमी है, मेरी उन्होंने डिटेल च गल हुई सी जिद्दे उन्होंने रिपोर्ट पेश की थी है। वो एक इमोशनल आदमी है, जिहड़े दुनिया दे विच इमोशनल आदमी हुंदे ना कई बार वो सही फैसला नहीं लै सकदे, इमोशन दे वहाण च बह जांदे है ते फैसला लै लैंदे है। इमोशनल बंदा है कुंवर विजय प्रताप, सर इमोशनल बंदे नूं सर तुसीं एड्डी वड्डी जांच देती सर? देखो मेरी गल सुनो, इमोशनल बंदे ही ईमानदार रह सकते ने, रैशनल बंदे जिहड़े ने ओह अगां वेखदे ने रिटायरमेंट। इमोशनल बंदियां ने दुनिया जिहड़ी तब्दीली लियांदी है ओह सारे इमोशनल बंदियां ने लियांदी है, रैशनल बंदे कदे तब्दीली नहीं लिया सकदे, ओह बाईयां होईयां लीहां ते चलदे है। ठीक है, बाकी बाकी सर एक मिनट हरदीप सिंह इंगरा, मैनूं इक वी तुसीं इक वी रैशनल बंदे दा नां लो जदों जदों महात्मा बुद्ध ने राज भाग छड्डिया सी, इमोशन छड्डिया सी या रैशनल छड्डिया सी? देखो मैं टेक्निकलिटीज नहीं जानता गा, मैं तां इस गल ते जानना के जदों उन्होंने चलान पेश किया फरीदकोट दे विच तां लोअर अदालत ने उस केस नूं डायरेक्ट कर दिता सैशन जज दे कतल दा मुकदमा बना के। जे कुंवर विजय प्रताप सिंह दी इनक्वायरी दे विच जां गवाहां दे विच कोई दम सी तां जज ने उहनूं सैशन कोर्ट नूं दित्ता कतल दा मुकदमा बना के। ठीक है, मजाक है। ठीक 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 है, ठीक है सर, थल्ले वाली अदालत च पेश कीता सी। ठीक 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 है, प्रसमजीत सिंह आपां सारा ना खारिज करो उहदा काम। ठीक ठीक है सर, ठीक है सर, कौन खारिज कर रिहा सर, तुसीं बैठे हो ना डिफेंड करन। प्रसमजीत सिंह सर, कुंवर विजय प्रताप सिंह किंगरा साहब कहिंदे इमोशनल बंदा है, सर वो इमोशनल भी है ईमानदार भी है, उन्होंने जांच खारिज हुई है, उन्होंने नौकरी छड़ी है, इस्तीफा नहीं दिता गा, VRS लिती है, ये सारा कुछ है सर, सारा कुछ सामने है। समजीत सिंह सर, हुण कुंवर विजय प्रताप किसी पॉलिटिक्स में जाऊगा तो इहदा मतलब यह कि जो अफसर से वह पार्टी उन पर प्रभाव पा रही थी? समजीत सिंह असं किहो जिहे सवाल करन लग पए हां? बिल्कुल साफ, बिल्कुल साफ है। मैं इसे करके कहा सीगा जिहड़ा इकबाल थोड़े ये भी इमोशनल है, ये भी तब्दीली लियाउणगे किंगरा जी के मुताबिक इकबाल जी भी, क्योंकि इन्हां नूं साफ पता इन्ने कि सियाने है। मैं जे CGI का नाम भी लिया सीगा, रंजन गोगोई का, गोगोई का एडा वड्डा एडा इंपोर्टेंट नैशनल इंपोर्टेंस का हिस्टोरिक फैसला किवें लिया गया तुहाडे सामने नहीं है, किवें ब्लैकमेल हुण तक भी पहुँचाया गया तुहाडे सामने नहीं है, कि वह कुड़ी जिन्हें मॉरल तरफी झूठदा लाया तो वह भी बहाल हो गई, ठीक बाहर आ गया, तो दोवें ठीक है, तो फिर गलत कौन सीगा? ये जे इन्नी टॉप दी कोर्ट ते टॉप दा बंदे दे नाल एहो जिहा साडे सामने सानू देखण नूं सारा कुछ मिलूगा और वह बंदा जाके राज्यसभा दा मैंबर बनूगा, तुसीं कहिंदे पॉलिटिक्स आउणी चाहीदी है जी, क्यों नहीं आउणी चाहीदी, तुरंत आउणी चाहीदी है क्योंकि बहुत चंगे चंगे बंदे दी, तुसीं कित्थों सर्टिफिकेट सारिआं नूं देई जांदे आ वी बहुत चंगे आ जी? ये चंगे है तो जिस काम लई सरकार ने उन्हां नूं लाया वह चंगा काम सिरे लाउण, वह नहीं लगा। अज जदों फैसला कोर्ट ने करता विरुद्ध उदों उन्होंने फट देने रिजाइन देता। मैं मेरे कोई रिलेशन उन्होंने माड़े नहीं है, मैं भी कोई उन्होंने एंज निंदण की मनसा दे नाल नहीं कह रहा। इकबाल जी जदों वो हुण जो वीडियो बड़िया बड़िया 45-45 मिनट दियां इंटरव्यू दे के मीडिया नाल यह गल कह रहे हैं कि नंबर वन ते केस हाई कोर्ट का बनता ही नहीं सी, जो लोअर कोर्ट चला गया जो गया तो मैं चिट्ठियां लिख ले कहिंदा रहा इन्होंने मेरी किसी ने नहीं सुनी, मैनू उत्थे पेश नहीं होण दिता, मेरी पेश की है उसके उत्ते कोई अपनी इंटरव्यू मीडिया नूं नहीं सी दे सकते कि मेरी नहीं अंदर सुनी जा रही जी? क्यों नहीं इन्होंने कभी कोई गल कही अज तक? जो कोर्ट ने वर्डिक्ट देता फिर इन्हों सारा जजा का भी अतुल नंदे का भी होरना का भी सारिया का चेता आ गया, फिर आके अपना बाहर बह के हुण कहिंदे मैं जिहड़े कोर्ट के अपनी प्रैक्टिस करूंगा। ये बड़ी चंगी गल है,
कोर्ट जे प्रैक्टिस करते रहेंगे तो इज्जत बची रहेगी। जिस दिन अनाउंस हो गया कि उन्हें फलानी पार्टी ज्वाइन कर लिया, देख लो की बनता इतने तुहाडे सामने खंभ खो देंगे लोग, क्योंकि इहदा मतलब कि सारा कुछ हो ही इंटेंशनल रहा सी। इस गल का साफ साफ पेचा पै जूगा, इहदा जवाब फिर इकबाल जी देण जां उन्हां दी पार्टी देवे जां जिहड़ी पार्टी जाणगे उह दिंदे पै। ठीक है, मैं एक होर थोड़ा ब्रेक लवां, ब्रेक तो वापस आवांगे, तो ब्रेक तो वापस आके सारे सवाल असी कर रहे हैं, वापस आ रहे हैं। कोटपुरा गोलीकांड से पंजाब च मौजूदा पॉलिटिक्स का असल मकसद की है? इकबाल सिंह जी, कि आम आदमी पार्टी दे विच इन्ने बंदे आ सर, इन्ने तुहाडे नाल वड्डे वड्डे बंदे जुड़े आ। इकबाल सिंह, तुसी जे पंजाब दे तुसी बड़े संजीदा हो जे पंजाब दे मुद्दियां दे लई, इह बड़ा वड्डा मुद्दा है, इहदे बहुत सियासत होई। इकबाल सिंह जी, कि तुसी इह खुल्लेआम ऐलान नहीं कर सकते कि कुंवर विजय प्रताप नूं पॉलिटिक्स विच नहीं आउणा चाहीदा, तो आम आदमी पार्टी विच नहीं आउणा चाहीदा, नहीं तो तुहाडे ते धब्बा लग जूगा कि तुसी इस पिछे सी सारे। कि इकबाल सिंह, आम आदमी पार्टी खुल्लेआम ऐलान कर सकती है? देखो केपी सिंह, गल यह है भी पहला तो ना हुण प्रोफेसर मनजीत सिंह दा भी मैनूं समझ नहीं आ रही भी न्यूट्रल बंदे आ, न्यूट्रल इन्हां नूं अपनी वर्डिट देना चाहिए जो भी है। देखो हुण गगोई साहब है जिहड़ा राज्यसभा दे मैंबर है, ओह विवादां च रहे बंदे कि कुंवर विजय प्रताप नूं पब्लिक डिनाई करदी है, जिस कौम ने इंसाफ मंगना ओह कौम अज उहनूं मैडल दे रही है, जिन्हां जिन्हां नूं मतलब इंसाफ दी डिमांड है जिन्हां दी, ओह उहनां उहनां वास्ते तां हीरो है ओह। ਤੁਸੀਂ ਦੱਸੋ ਫਿਰ ਉਹ ਬੰਦੇ ਨੂੰ ਤੁਸੀਂ ਕਿਵੇਂ ਆਪਣੀ ਧਾਰਨਾ ਬਣਾ ਲਈ ਵੀ ਉਹ ਗਲਤ ਹੈ, ਗਗੋਈ ਦੇ ਬਰਾਬਰ ਹੈ? ਗਗੋਈ ਦੇ ਜਿਹੜੇ ਲੱਗੇ ਹੈਗੇ ਇਲਜ਼ਾਮ, ਉਹ ਇਹਦੇ ਦੇ ਉਹ ਇਲਜ਼ਾਮਾਂ ਨਾਲ ਤੁਸੀਂ ਮੇਲ ਕਿਵੇਂ ਕਰ ਦੂੰਗੇ? ਇਹਦਾ ਇਹਨੂੰ ਇਮਾਨਦਾਰ ਗਿਣਿਆ ਜਾਂਦਾ? ਕਿੰਗਰਾਜ ਸਾਹਿਬ ਨੇ ਵੀ ਕਿਹਾ, ਬਾਕੀ ਸਾਰੇ ਕਹਿ ਰਹੇ, ਬਾਕੀ ਜਿਹਦੇ ਹੱਕ 'ਚ ਲੋਕ ਖੜਨ ਇਕਬਾਲ ਸਿੰਘ, ਮੈਂ ਸਵਾਲ ਸਰ ਹੋਰ ਕੀਤਾ ਸੀਗਾ, ਤੁਸੀਂ ਗਗੋਈ ਸਾਹਿਬ ਨਾਲ ਕੰਪੈਰੀਜ਼ਨ ਉਹਦਾ ਨਹੀਂ ਕਬੂਲ ਕਰਦੇ, ਨਾ ਕਰੋ ਸਰ। ਮੈਂ ਤਾਂ ਸਵਾਲ ਇਹ ਕਰ ਰਿਹਾ ਸਰ, ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਕਿਉਂ ਲੈਣਾ ਚਾਹ ਰਹੀ ਹੈ? ਤੁਸੀਂ ਸ਼ਰਿਆਮ ਐਲਾਨ ਕਰ ਦਿਓ ਨਾ ਵੀ ਭਾਈ ਨਾ ਪੋਲਿਟਿਕਸ 'ਚ ਆਓ, ਸਾਡੀ ਪਾਰਟੀ 'ਚ ਨਾ ਆਓ, ਤੁਸੀਂ ਲੋਕਾਂ ਲਈ ਕੰਮ ਕਰੋ ਸਰ, ਪੰਜਾਬ ਦੀ ਭਲਾਈ ਚਾਹੁੰਦੇ ਆ ਤੁਸੀਂ? ਤੁਸੀਂ ਤਾਂ ਫਿਰ ਇਸ ਮੁੱਦੇ 'ਤੇ ਖੁਦ ਸਿਆਸਤ ਕਰਨ ਲੱਗ ਪਓਗੇ, ਦਾ ਮਤਲਬ ਤੁਸੀਂ ਕਹਿੰਦੇ ਪਾਰਟੀਆਂ ਸਿਆਸਤ ਕਰਦੀਆਂ ਬਾਕੀ ਦੀਆਂ, ਤੁਸੀਂ ਕਿਉਂ ਕਰਦੇ ਪਿਓ? ਛੱਡੋ, ਕੁੰਵਰ ਵਿਜੇ ਪ੍ਰਤਾਪ 'ਚ ਨੁਕਸ ਕੱਢ ਦਿਓ, ਅਸੀਂ ਨਹੀਂ ਲਿਆਂਗੇ। ਚਲੋ ਠੀਕ ਠੀਕ ਹੈ ਇਕਬਾਲ ਸਿੰਘ, ਠੀਕ ਹੈ ਸਰ, ਤੁਹਾਡਾ ਪੁਆਇੰਟ ਆ ਗਿਆ ਸਰ, ਨੁਕਸ ਹੈਗਾ, ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆ ਗਿਆ ਬੰਦਾ ਸਾਰੇ ਤੁਹਾਨੂੰ ਵੀ ਅਸੀਂ ਕਹਿ ਰਹੇ ਹਾਂ ਵੀ ਆ ਜਾਓ ਤੁਸੀਂ, ਠੀਕ ਤੁਹਾਡਾ ਪੁਆਇੰਟ, ਸਾਡਾ ਕੋਈ ਇਨਵੀਟੇਸ਼ਨ ਥੋੜੀ ਹੈ ਉਹਨੂੰ ਕੁਝ ਸਪੈਸ਼ਲ ਕਰਿਆ। ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆ ਗਿਆ ਇਕਬਾਲ ਸਿੰਘ। ਸਤਿੰਦਰ ਸਿੰਘ ਗਿੱਲ, ਜੇ ਕੁੰਵਰ ਵਿਜੇ ਪ੍ਰਤਾਪ ਪੋਲਿਟਿਕਸ ਜੁਆਇਨ ਕਰਦੇ ਆ ਨਹੀਂ ਕਰਦੇ ਸਰ, ਸਰ ਇਸ ਪੂਰੇ ਮੁੱਦੇ ਤੇ ਸਰ ਤੁਸੀਂ ਕਿਵੇਂ ਬਰੀ ਹੋ ਜਾਂਦੇ ਹੋ? ਸਤਿੰਦਰ ਸਿੰਘ ਗਿੱਲ, ਮੈਨੂੰ ਤਾਂ ਉਹ ਦੱਸੋ ਨਾ ਭਾਜੀ, ਕੁੰਵਰ ਵਿਜੇ ਪ੍ਰਤਾਪ ਕੋਈ ਪੈਮਾਨਾ ਨਹੀਂ ਰੱਖਦਾ, ਉਹਦੀ ਰਿਪੋਰਟ ਤੋਂ ਤੁਹਾਨੂੰ ਇਹ ਲੱਗੇ ਪਤਾ ਕਿਹੜਾ ਅਕਿਊਜ਼ਡ ਆ ਕਿਹੜਾ ਨਹੀਂ। ਪੈਮਾਨੇ ਹੁੰਦੇ ਕੋਰਟ, ਸੈਸ਼ਨ ਕੋਰਟ ਤੋਂ ਉੱਪਰ ਹਾਈ ਕੋਰਟ ਹੈ, ਹਾਈ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਵੀ ਬਾਦਲ ਫੈਮਲੀ ਦੀ ਜਿਹੜੀ ਇੰਡਾਈਟਮੈਂਟ ਇਹ ਲਿਖ ਰਿਹਾ ਉਹ ਇੱਕ ਫੈਂਟਸੀ ਆ, ਉਹ ਇੱਕ ਫਿਲਮੀ ਗੱਲਾਂ ਨੇ, ਇਹ ਤੋਂ ਵੱਧ ਮੈਂ ਕੁਛ ਨਹੀਂ ਤੁਹਾਨੂੰ, ਇਹ ਤੋਂ ਵੱਧ ਜਵਾਬ ਨਹੀਂ ਮੈਂ ਦੇਣਾ ਤੁਹਾਡੇ ਇਸ ਸਵਾਲ ਦਾ। ਸੈਕਿੰਡ ਇਹ ਆ, ਮੈਂ ਇਕਬਾਲ ਜੀ ਨੂੰ ਹੀ ਪੁੱਛ ਲੈਂਦਾ, ਅਕਾਲੀ ਦਲ ਨੇ ਤੇ ਜਦੋਂ ਦਾ ਹਾਈਕੋਰਟ ਦਾ ਆਰਡਰ ਆਇਆ ਅਸੀਂ ਪੀਸੀਸ ਕੀਤੀਆਂ, ਅਸੀਂ ਦੱਸਤਾ ਵੀ ਇਸ ਮੁੱਦੇ ਤੇ ਹਮੇਸ਼ਾ ਰਾਜਨੀਤੀ ਹੋਈ, ਅਸੀਂ ਇੱਕੋ ਗੱਲ ਕੀਤੀ ਕੇਪੀ ਜੀ ਸ਼ੁਰੂ ਤੋਂ, ਰਾਜਨੀਤੀ ਹੋਈ। ਆਮ ਆਦਮੀ ਪਾਰਟੀ ਨੇ ਅੱਜ ਤੱਕ ਇੱਕ ਹਫ਼ਤਾ ਹੋ ਚੱਲਿਆ ਕੀ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਕੋਈ ਇਹੋ ਜਿਹੀ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਇਹਨਾਂ ਨੇ ਸਵਾਲ ਕੀਤੇ ਹੋਣ? ਐਡਵੋਕੇਟ ਜਨਰਲ ਕਿਉਂ ਨਹੀਂ ਗਿਆ ਜਦੋਂ ਉਹਨੂੰ ਗਵਰਨਮੈਂਟ ਆਰਡਰ ਸੀ ਉੱਥੇ ਅਪੀਅਰ ਹੁੰਦੇ, ਉਹ ਕਿਉਂ ਨਹੀਂ ਹੋਇਆ? ਇਹਨਾਂ ਨੇ ਹਮੇਸ਼ਾ ਰਾਜਨੀਤੀ ਕੀਤੀ ਹੈ ਕੇਪੀ ਜੀ, ਸ਼੍ਰੋਮਣੀ ਅਕਾਲੀ ਦਲ ਨੇ ਇਸ ਇਸ਼ੂ ਤੇ ਕਦੀ ਰਾਜਨੀਤੀ ਨਹੀਂ ਕੀਤੀ। ਤੇ ਇੱਕ ਮਿੰਟ ਗਿੱਲ ਸਾਹਿਬ, ਕੁੰਵਰ ਵਿਜੇ ਪ੍ਰਤਾਪ ਨੇ ਕੇਸ ਹਰਵਾਤਾ ਸਰਕਾਰ ਨੂੰ ਜਾਂ ਐਡਵੋਕੇਟ ਜਨਰਲ ਪੇਸ਼ ਨਹੀਂ ਹੋਏ ਇਸ ਕਰਕੇ ਸਰਕਾਰ ਕੇਸ ਹਾਰ ਗਈ, ਸਰਕਾਰ ਬੈਕਫੁੱਟ ਤੇ ਹੋ ਗਈ? ਸਰ ਦੋਨਾਂ 'ਚ ਕੰਟਰਾਡਿਕਟਰੀ ਆ ਸਰ, ਇਹ ਕਲੀਅਰ ਕਰ ਦਿਓ ਪਲੀਜ਼। ਐਡਵੋਕੇਟ ਜਨਰਲ ਨੂੰ ਗੌਰਮੈਂਟ ਦੇ ਲਿਖਤੀ ਆਰਡਰ ਸੀ ਵੀ ਜਿਹੜੇ ਸੈਂਸਿਟਿਵ ਕੇਸਿਸ ਨੇ ਉਹਦੇ ਵਿੱਚ ਤੁਸੀਂ ਅਪੀਅਰ ਹੋਣਾ, ਉਹ ਨਹੀਂ ਅਪੀਅਰ ਹੋਏ, ਉਹਨਾਂ ਨੇ ਮੈਡੀਕਲ ਗਰਾਊਂਡ ਤੇ ਕੁੰਵਰ ਵਿਜੇ ਪ੍ਰਤਾਪ ਨੇ ਖੁਦ ਕਿਹਾ ਉਹਨੇ ਛੁੱਟੀ ਲੈ ਲਈ, ਨਹੀਂ ਅਪੀਅਰ ਹੋਏ।
ਭਾਜੀ ਤੁਸੀਂ ਕੋਰਟਾਂ ਦੇ ਵਿਸ਼ਵਾਸ ਹੈ ਕਿ ਨਹੀਂ? ਸਭ ਤੋਂ ਗੱਲ ਪਹਿਲੇ ਇਹ ਆ ਵੀ ਕੀ ਜੁਡੀਸ਼ਰੀ ਤੇ ਵਿਸ਼ਵਾਸ ਹੈ ਸਾਨੂੰ? ਸਰ ਇੱਕ ਮਿੰਟ ਮੈਨੂੰ ਦੱਸੋ ਸਰ, ਸਤਿੰਦਰ ਗਿੱਲ, ਇੱਕ ਪਾਸੇ ਤੁਸੀਂ ਕਹਿੰਦੇ ਹੋ ਐਡਵੋਕੇਟ ਜਨਰਲ ਨੇ ਕੋਈ ਕੇਸ ਹੀ ਨਹੀਂ ਜਿੱਤਿਆ ਪੰਜਾਬ ਦੇ ਲਈ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਆਪ ਕਿਉਂ ਨਹੀਂ ਪੇਸ਼ ਹੋਏ? ਸਰ ਤੁਸੀਂ ਆਪ ਹੀ ਨਹੀਂ ਸਮਝਾ ਪਾ ਰਹੇ ਸਰ, ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਕਹਿੰਦਾ ਵੀ ਉਹ ਪੇਸ਼ ਹੋ ਜਾਂਦਾ, ਮੈਂ ਉਹ ਨਹੀਂ ਕਹਿੰਦਾ ਵੀ ਪੇਸ਼ ਹੋ ਜਾਂਦਾ ਤੇ ਆਰਡਰ ਹੋਰ ਆਉਣੇ ਸੀ। ਮੇਰਾ ਕਹਿਣ ਦਾ ਭਾਵ ਇਹ ਆ ਵੀ ਗਵਰਨਮੈਂਟ ਦੀ ਸੀਰੀਅਸਨੈਸ ਦਾ ਮਾਲੂਮ ਇੱਥੋਂ ਚਲੋ ਠੀਕ ਹੈ ਸਰ, ਬੇਅਦਬੀ ਦੇ ਇਸ਼ੂ ਤੇ ਕਿੰਨੀ ਕੁ ਸੀਰੀਅਸ ਹੈ ਗਵਰਨਮੈਂਟ। ਹਰਦੀਪ ਸਿੰਘ ਗਿੰਗਰਾ, ਠੀਕ ਹੈ ਹਰਦੀਪ ਸਿੰਘ ਗਿੰਗਰਾ, ਸਮਝੋ ਗੱਲ, ਠੀਕ ਹਰਦੀਪ ਸਿੰਘ ਗਿੰਗਰਾ, ਤੁਸੀਂ ਇੱਕ ਤਾਂ ਸੀਰੀਅਸ ਨਹੀਂ ਹੈਗੇ ਸਰ ਇਸ ਇਸ਼ੂ ਤੇ, ਇੱਕ ਦੂਜਾ ਹੈ ਸਰ ਤੁਹਾਡੇ ਤੇ ਇਲਜ਼ਾਮ ਇਹ ਲਾਦੇ ਪਏ ਤੁਸੀਂ ਬੇਅਦਬੀ ਦੇ ਵਿਚਾਲੇ ਇਸ ਪੂਰੇ ਮਾਮਲੇ ਨੂੰ, ਗੋਲੀਕਾਂਡ ਦੇ ਮਾਮਲੇ ਨੂੰ ਜ਼ਿਆਦਾ ਉਭਾਰਨਾ ਚਾਹੁੰਦੇ ਹੋ, ਬੇਅਦਬੀ ਕਾਂਡ ਨੂੰ ਗੋਲੀਕਾਂਡ ਨਾਲ ਨਖੇੜ ਕੇ ਤੁਸੀਂ ਇਸ ਸਾਰੇ ਮੁੱਦੇ ਨੂੰ ਅਗਾਂਹ ਲਗਾਉਣਾ ਚਾਹੁੰਦੇ ਹੋ ਕਿ ਗੋਲੀਕਾਂਡ ਵਾਲਾ ਮੁੱਦਾ ਹਾਈਲਾਈਟ ਰਹੇ, ਬੇਅਦਬੀ ਵਾਲਾ ਮੁੱਦਾ ਥੱਲੇ ਰਹੇ। ਹਰਦੀਪ ਸਿੰਘ ਗਿੰਗਰਾ, ਕੇਪੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਆਪਦੀ ਗੱਲ 'ਚ ਸਾਫ਼ ਕੀਤਾ ਹੈ, ਜਿਵੇਂ ਔਰ ਅਕਾਲੀ ਦਲ ਦੇ ਬੁਲਾਰੇ ਨੇ ਵੀ ਇੱਥੇ ਸਾਫ਼ ਕੀਤਾ, ਬੇਅਦਬੀ ਦਾ ਮੁੱਦਾ ਬਿਲਕੁਲ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਕੋਲੇ ਹੈ ਹੀ ਨਹੀਂ ਸੀਗਾ। ਬਿਲਕੁਲ ਠੀਕ ਹੈ, ਕੰਵਰ ਵਿਜੇ ਪ੍ਰਤਾਪ ਸਿੰਘ ਦੇ ਕੋਲੇ ਜਿਹੜੀ ਇਨਕੁਆਇਰੀ ਸੀ ਉਹ ਬਹਿਬਲ ਕਲਾਂ ਤੇ ਕੋਟਪੂਰੇ ਦੇ ਗੋਲੀ ਕਾਂਡ ਦੀ ਸੀ, ਔਰ ਉਹਦੇ ਵਿੱਚ ਜਿਹੜਾ ਸਾਡੇ ਐਡਵੋਕੇਟ ਜਨਰਲ ਅਪੀਅਰ ਨਹੀਂ ਹੋਏ, ਸੁਪਰੀਮ ਕੋਰਟ ਦੇ ਬਹੁਤ ਆਲਾ ਕ੍ਰਿਮੀਨਲ ਵਕੀਲ ਅਪੀਅਰ ਹੋਏ ਸੀ, ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਵਕੀਲ ਹਾਇਰ ਕਰਦੀਆਂ ਨੇ। ਮੈਂ ਸਿੰਘਵੀ ਸਾਹਿਬ ਨੂੰ ਹਿਮਾਚਲ ਦੇ ਵਿੱਚ ਵਕੀਲ ਹਾਇਰ ਕਰਕੇ ਲਿਆਇਆ ਸੀ ਕੇਸ ਦੇ ਵਿੱਚ, ਮੈਂ ਆਪ ਸੀ ਸਿੰਘਵੀ ਅਭਿਸ਼ੇਕ ਸਿੰਘ ਜੀ ਦੇ ਫਾਦਰ ਨੂੰ ਉੱਥੇ, ਉਹਨਾਂ ਦੀ ਫੀਸ ਵੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਉਹਨਾਂ ਦੀ ਸਟੈਂਡਿੰਗ ਵੀ ਹੈ, ਜਿਹੋ ਜਿਹਾ ਕੇਸ ਹੁੰਦਾ ਉਹੋ ਜਿਹਾ ਲਾਇਰ, ਕਿਉਂਕਿ ਉਹ ਕੇਸ ਜਿਹੜਾ ਸੀਗਾ ਹਿਮਾਚਲ ਦਾ, ਜਿਹੜਾ ਉਹ ਹਿਮਾਚਲ ਦਾ ਕੇਸ ਸੀਗਾ ਉਹ ਸੀਗਾ ਲੋਕ ਆਯੁਕਤ ਦੇ ਉੱਤੇ ਔਰ ਸਿੰਘਵੀ ਸਾਹਿਬ ਲੋਕ ਆਯੁਕਤ ਅਥਾਰਟੀ ਸੀ। ਇਸੇ ਤਰ੍ਹਾਂ ਇਹ ਕ੍ਰਿਮੀਨਲ ਕੇਸ ਸੀ, ਇਸ ਵਾਸਤੇ ਸੁਪਰੀਮ ਕੋਰਟ ਦੇ ਕ੍ਰਿਮੀਨਲ ਲਾਇਰ ਜਾ ਕੇ ਖੜੇ ਕੀਤੇ ਗਏ ਸੀ, ਨਾ ਕਿ ਸਾਡੇ ਐਡਵੋਕੇਟ ਜਨਰਲ ਨੂੰ ਇੱਥੇ ਖੜੇ ਹੋਣ ਦੀ ਲੋੜ ਸੀ। ਇਹ ਬਿਲਕੁਲ ਭੜਕਾਈ ਜਾ ਰਹੀ ਹੈ ਗੱਲ ਇਹਨਾਂ ਗੱਲਾਂ ਦੇ ਵਿੱਚ। ਦੇਖੋ ਦੇਖੋ ਜਦੋਂ ਵੀ ਤੁਸੀਂ ਚਾਹੇ ਕਿਸੇ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹੋ, ਤੱਥਾਂ ਨੂੰ ਨਹੀਂ ਵਿਗਾੜਨਾ ਚਾਹੀਦਾ ਕਦੇ ਵੀ। ਇੱਕ ਮਿੰਟ, ਤੱਥਾਂ ਨ੾ੂੰ ਕਦੇ ਨਹੀਂ ਵਿਗਾੜਨਾ ਚਾਹੀਦਾ। ਮੇਰੀ ਬੇਨਤੀ ਹੈ ਕਿ ਐਡਵੋਕੇਟ ਜਨਰਲ ਹੁਣ ਵੀ ਅਪੀਅਰ ਨਹੀਂ ਹੋਏਗਾ ਰੌਲਾ ਪਾਉਣ ਦੇ ਤੁਹਾਡੇ ਬਾਵਜੂਦ ਵੀ, ਕਿਉਂਕਿ ਕ੍ਰਿਮੀਨਲ ਲਾਇਰ ਹੀ ਅਪੀਅਰ ਹੋਗੀ ਹਾਈ ਕੋਰਟ। ਤੁਸੀਂ ਬੜੇ ਸਿਆਣੇ ਹੋ ਸਰ, ਇੱਕ ਸਵਾਲ ਦਾ ਜਵਾਬ ਦੇ ਦਿਓ। ਜੋ ਸਰ ਤੁਸੀਂ ਹਾਈ ਸੁਪਰੀਮ ਕੋਰਟ ਵੱਲ ਜਾਓਗੇ ਜਾਂ ਹਾਇਰ ਕੋਰਟ ਵੱਲ ਜਾਓਗੇ ਤੁਸੀਂ, ਸਰ ਉੱਥੇ ਤੁਸੀਂ ਸਰਕਾਰ ਦੇ ਉੱਤੇ ਜਿਹੜਾ ਲਾਂਛਨ ਲਾਇਆ ਗਿਆ ਕੋਰਟ ਵੱਲੋਂ, ਉਸ ਦੇ ਬਾਰੇ ਅਪੀਲ ਕਰੋਗੇ ਜਾਂ ਇਸ ਕੇਸ ਦੇ ਬਾਰੇ ਅਪੀਲ ਕਰੋਗੇ ਸਰ, ਇਹ ਕਲੀਅਰ ਕਰ ਦਿਓ ਸਰ। ਜਦੋਂ ਅਪੀਲ ਕੀਤੀ ਜਾਂਦੀ ਹੈ ਕੇਪੀ, ਉਹ ਦੋ ਗੱਲਾਂ ਤੇ ਹੁੰਦੀ ਹੈ। ਇੱਕ ਤਾਂ ਇਹ ਹੁੰਦੀ ਹੈ ਕਿ ਕੰਡਕਟ ਜਿਹੜਾ ਲੋਅਰ ਕੋਰਟ ਦਾ ਉਹ ਠੀਕ ਨਹੀਂ ਸੀ, ਉਹਨਾਂ ਨੇ ਫੈਸਲਾ ਠੀਕ ਨਹੀਂ ਕੀਤਾ, ਉਹ 'ਚ ਬਕਾਇਦਾ ਲਿਖਿਆ ਜਾਂਦਾ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਅਪੀਲਾਂ, ਔਰ ਉਹਦੇ ਵਿੱਚ ਲਿਖਿਆ ਜਾਏਗਾ ਕਿ ਜਿਹੜਾ ਫੈਸਲਾ ਹੈ ਉਹ ਇੰਨਾ ਗੱਲਾਂ ਕਰਕੇ ਪੋਲੀਟੀਕਲੀ ਮੋਟੀਵੇਟਡ ਹੈ ਫੈਸਲਾ। ਦੂਜੀ ਗੱਲ ਇਹ ਹੈ ਕਿ ਇਹ ਹਾਈ ਕੋਰਟ ਦੇ ਕੋਲੇ ਕੀ ਪਾਵਰ ਹੈ, ਔਰ ਦੇਖੋ ਜੁਡੀਸ਼ਰੀ ਦੀ ਸਭ ਤੋਂ ਵੱਡੀ ਸਟਰੈਂਥ ਹੈ ਕਿ ਜੁਡੀਸ਼ਰੀ ਦੀ ਤੁਸੀਂ ਮੇਰੇ ਸਵਾਲ ਦਾ ਜਵਾਬ ਹੀ ਦਿੱਤਾ ਕੇਂਗਰ ਸਾਹਿਬ, ਮੇਰੇ ਸਵਾਲ ਦਾ ਜਵਾਬ ਦਿੱਤਾ ਤੁਸੀਂ। ਬੋਲੋ ਸਰ, ਮੈਂ ਸਵਾਲ ਇਹ ਕਰ ਰਿਹਾ, ਐਸਆਈਟੀ ਤੁਸੀਂ ਦੁਬਾਰਾ ਬਣਾਉਣ ਨੂੰ ਤਿਆਰ ਹੋਗੇ ਸਰ? ਜਿਹੜੀ ਤੁਸੀਂ ਕੋਰਟ ਵਿੱਚ, ਇੱਕ ਮਿੰਟ ਸਰ ਸੁਣ ਲਓ ਨਾ ਕੇਂਗਰ ਸਾਹਿਬ, ਸੁਣ ਲਓ ਸਰ, ਮੈਨੂੰ ਪਤਾ ਸਰ ਤੁਸੀਂ ਬਹੁਤ ਸਿਆਣੇ ਹੋ ਸਰ, ਬੜਾ ਕੁਝ ਪਤਾ ਤੁਹਾਨੂੰ। ਹਰਜੀਤ ਕੇਂਗਰਾ, ਤੁਸੀਂ ਕੋਰਟ ਵਿੱਚ ਜਾਓਗੇ ਹਾਇਰ ਕੋਰਟ ਵਿੱਚ, ਪੰਜਾਬ ਸਰਕਾਰ ਉੱਤੇ ਜਿਹੜਾ ਪੋਲੀਟੀਕਲੀ ਮੋਟੀਵੇਟਡ ਦਾ ਇਲਜ਼ਾਮ ਲੱਗਿਆ, ਕਿ ਉਸ ਨੂੰ ਧੋਣ ਲਈ ਜਾਓਗੇ ਸਰ? ਮੇਰਾ ਸਵਾਲ ਤਾਂ ਇਹ ਸਰ। ਨਹੀਂ 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 ਨਹੀਂ, ਅਸੀਂ ਤਾਂ ਜਾਵਾਂਗੇ ਕਿ ਇਹ ਇਨਕੁਆਇਰੀ ਬਰਕਰਾਰ ਰੱਖੀ ਜਾਵੇ। ਠੀਕ ਇਸ ਕਰਕੇ ਜਾਵਾਂਗੇ, ਸਟੇ ਲੈਣ ਲਈ ਜਾਓਗੇ? ਸਟੇ, ਇੱਕ ਮਿੰਟ ਕਰ ਪਲੀਜ਼, ਨਾਮ ਜਿਹੜੇ ਲਿਖੇ ਜਾਣਗੇ। ਠੀਕ ਹੈ, ਸਟੇ ਲੈਣ ਲਈ ਜਾਓਗੇ? ਸਟੇ ਲੈਣ ਲਈ ਜਾਓਗੇ? ਕੇਪੀ 1500 ਦਿਨ ਲਾਏ ਗੁਰ ਵਿਜੇ ਸਿੰਘ ਨੇ, ਚਲੋ ਠੀਕ ਠੀਕ 1500 ਦਿਨ ਕਿਉਂ ਨੇ ਸਿਟਿੰਗ ਕੀਤੀ ਹੈ? ਠੀਕ ਠੀਕ ਇਸ ਇਨਕੁਆਰੀ ਦੇ ਸਾਡੇ 400 ਲੱਗਣ ਦੇ ਹੱਕ ਜੀ ਨਹੀਂਗਾ। ਠੀਕ ਠੀਕ ਉਹਨੂੰ ਡੇ ਟੂ ਡੇ ਇਨਕੁਆਰੀ ਕਰਕੇ 100 ਦਿਨ ਚ ਖਤਮ ਕਰ ਦੇਣੀ ਚਾਹੀਦੀ ਸੀ। ਪ੍ਰਸਮਜੀਤ ਸਿੰਘ, ਪ੍ਰਸਮਜੀਤ ਸਿੰਘ, ਅਸੀਂ ਕੱਲ ਨੂੰ ਜਾਣ ਵਾਲੇ ਹੁੰਦੇ ਕਿਤੇ? ਠੀਕ ਠੀਕ ਪ੍ਰਸਮਜੀਤ ਸਿੰਘ, ਲਾਸਟ ਮਿੰਟ ਤੁਹਾਡਾ ਚਾਹੀਦਾ ਸਰ, ਸਾਡੇ ਕੋਲ ਸਮਾਂ ਹੀ ਨਹੀਂ। ਇੱਕ ਮਿੰਟ ਪਲੀਜ਼ ਸਰ, ਕੇਂਗਰਾ ਸਾਹਿਬ ਪਲੀਜ਼ ਸਰ, ਬੇਅਦਬੀ ਕਾਂਡ ਤੇ ਗੋਲੀ ਕਾਂਡ ਨੂੰ ਨਖੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸਮਜੀਤ ਸਿੰਘ, ਤੁਹਾਨੂੰ ਇਹ ਲੱਗਦਾ? ਦੇਖੋ ਦੋਨੇ, ਇੱਕ ਮਿੰਟ ਪਲੀਜ਼ ਕੇਂਗਰਾ ਸਾਹਿਬ, ਪਲੀਜ਼ ਸਰ, ਕੇਂਗਰਾ ਸਾਹਿਬ ਪਲੀਜ਼, ਤੁਹਾਡਾ ਵਕਤ ਖਤਮ ਹੋ ਗਿਆ ਸਰ। ਹਾਂ ਬੋਲੋ ਪ੍ਰਸਮਜੀਤ ਸਿੰਘ। ਮੇਰਾ ਵਕਤ ਨਹੀਂ, ਨਹੀਂ ਨਹੀਂ, ਦੇਖੋ ਦੇਖੋ, ਤੁਹਾਡਾ ਉਹ ਵਕਤ ਰਹੂਗਾ ਸਰ, ਉਹ ਵਕਤ ਰਹੂਗਾ, ਮਾਫ ਕਰਨਾ, ਉਹ ਵਕਤ ਨਹੀਂ ਕਹਿ ਰਿਹਾ ਮੈਂ। ਹਾਂ ਬੋਲੋ ਪ੍ਰਸਮਜੀਤ। ਲੰਬੀ ਉਮਰ ਹੋਈ ਜੀ। ਇਸ ਵੇਲੇ ਤੇ ਮੁੱਦਾ ਤੇ ਜਿਹੜਾ ਹੈਗਾ ਆ ਉਹ ਠੀਕ ਆ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਹੀ ਆ, ਹਾਲਾਂਕਿ ਉਹਦਾ ਵੀ ਫੈਸਲਾ ਬੇਅਦਬੀ ਵਾਲੇ ਦਾ ਵੀ ਜਨਵਰੀ ਦੇ ਵਿੱਚ ਹੋ ਚੁੱਕਾ ਆ, ਉਹਦੇ ਤੇ ਵੀ ਗੱਲ ਜਿਹੜੀ ਆ ਚੱਲਣੀ ਚਾਹੀਦੀ ਸੀ, ਉਹਦਾ ਕਿਸੇ ਨੇ ਬਹੁਤਾ ਨੋਟਿਸ ਨਹੀਂ ਲਿਆ, ਮੈਂ ਬੜਾ ਹੈਰਾਨ ਆ। ਪਰ ਜਿਹੜੀ ਦੂਜੀ ਗੱਲ ਆ, ਚੰਗੀ ਗੱਲ ਇਹ ਕਿ ਕਿੰਗਰਾ ਸਾਹਿਬ ਖੁਦ ਹੀ ਕਈ ਕਹਿ ਰਹੇ ਆ ਕਿ ਸਾਡੇ ਕੋਲ ਮਿਸ ਹੈਂਡਲਿੰਗ ਹੋਈ ਆ, ਛੇਤੀ ਹੋਣਾ ਚਾਹੀਦਾ ਸੀ, ਨਹੀਂ ਕੀਤਾ। ਇਹ ਤੇ ਬਿਲਕੁਲ
ਜਦੋਂ ਉਹਨਾਂ ਨੇ ਕਿਹਾ ਕਿ ਇਹਨੂੰ ਕੋਰਟ ਦੇ ਵਿੱਚ ਇਹ ਗੱਲਾਂ ਚੱਲੀਆਂ ਆ ਕਿ ਇਹ ਇਸ ਨੂੰ ਬਾਹਰ ਕਰਤਾ ਜਾਵੇ ਕੁੰਵਰ ਵਿਜੇ ਪ੍ਰਤਾਪ ਸਿੰਘ, ਇਹ ਉੱਥੇ ਮੰਨ ਗਏ ਕਿ ਹਾਂ ਉੱਥੇ ਕੋਈ ਨਹੀਂ ਉਹਦੇ ਤੋਂ ਬਗੈਰ ਨਵੀਂ ਐਸਆਈਟੀ ਬਣ ਜੂਗੀ। ਦੂਜੇ ਪਾਸੇ ਤੁਸੀਂ ਅਪੀਲਾਂ ਕਰੀ ਜਾਂਦੇ ਹੋ ਨਾਲ, ਨਹੀਂ ਜੇ ਤੁਸੀਂ ਠੀਕ ਹੈ ਤੇ ਫਿਰ ਕੋਰਟ ਦੇ ਉੱਤੇ ਭਰੋਸਾ ਕਰੋ, ਕੋਰਟ ਦੇ ਉੱਤੇ ਭਰੋਸਾ ਵੀ ਹੈ ਨਹੀਂ ਵੀ ਹੈ। ਹੁਣ ਇਹ ਗੱਲਾਂ ਬੜੀਆਂ ਅਜੀਬ ਜੀਆਂ ਕਰਤੀਆਂ, ਸਾਰੀ ਗੱਲ ਇਹ ਸੀ ਕਿ ਪੋਲੀਟੀਕਲ ਵਿਲ ਇਹਨੂੰ ਵੇਲੇ ਸਿਰ ਖਤਮ ਕਰਨ ਦੀ ਨਹੀਂ ਸੀ, ਜਾਂ ਤੇ ਇਸ ਗੱਲ ਦੀ ਉਮੀਦ ਦੇ ਵਿੱਚ ਕਿ ਇਲੈਕਸ਼ਨਾਂ ਦੇ ਨੇੜੇ ਜਾ ਕੇ ਅਸੀਂ ਇਹਦਾ ਰਾਜਨੀਤਿਕ ਲਾਹਾ ਲਾਹਾਂਗੇ, ਡਰਾਮਾ ਬੈਨੀਫਿਟ ਲੈਣਾਂਗੇ, ਔਰ ਉਸ ਦਾ ਸਾਰੇ ਦਾ ਸਾਰਾ ਇਹ ਫਿਆਸਕੋ ਹੋਇਆ। ਹੁਣ ਇਹਦੇ ਚੋਂ ਬਾਹਰ ਕਿਵੇਂ ਆਉਣਾ ਹੈ ਤੇ ਕਾਂਗਰਸ ਜਾਣੇ। ਇੱਕ ਆਖਰੀ ਸਵਾਲ ਸਮਜੀਤ ਸਿੰਘ, ਇੱਕ ਆਖਰੀ ਸਵਾਲ ਸਰ, ਜਿਹੜਾ ਕਾਪੀਆਂ ਸਾੜਨ ਵਾਲਾ ਫੈਸਲਾ ਕੀਤਾ ਗਿਆ ਤੇ ਇੱਕ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਨਮਾਨ ਹੋਇਆ, ਸਰ ਇਹਦੇ ਪਿੱਛੇ ਕਿਹੜੀ ਧਿਰ ਤੁਹਾਨੂੰ ਸਟਰੋਂਗ ਲੱਗਦੀ ਪਈ ਹੈ, ਪੋਲੀਟੀਕਲ ਧਿਰ ਸਰ? ਸਮਝੀ ਸੀ, ਦੇਖੋ ਉਸ ਵੇਲੇ ਤੇ ਜਿਹੜੇ ਬੰਦੇ ਉੱਥੇ ਆਏ ਵੀ ਸੀ, ਜਿਹੜੇ ਬੈਠੇ ਵੀ ਸੀ ਬਰਗਾੜੀ ਦੇ ਵਿੱਚ, ਤੁਹਾਨੂੰ ਪਤਾ ਵੱਡਾ ਮੋਰਚਾ ਲੱਗਾ ਸੀਗਾ। ਮੈਂ ਉਹਨਾਂ ਦਾ ਇਕੱਲੇ ਇਕੱਲੇ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ, ਪਰ ਇੰਜ ਲੱਗ ਰਿਹਾ ਸੀ ਜਿਵੇਂ ਸਰਕਾਰ ਦੇ ਵੱਲੋਂ ਮਿਲ ਕੇ ਨਾਲੇ ਉਸ ਕਿਸਮ ਦਾ ਲੱਗਾ ਹੋਵੇ। ਤੁਹਾਨੂੰ ਅੱਜ ਵੀ ਐਂ ਲੱਗਦਾ, ਅੱਜ ਵੀ ਐਂ ਲੱਗਦਾ ਕਾਪੀਆਂ ਸਾੜਨ ਦੇ ਫੈਸਲੇ ਪਿੱਛੇ ਤੇ ਸਨਮਾਨ ਪਿੱਛੇ ਕੌਣ ਹੈ? ਨਹੀਂ ਬੰਦੇ ਉਹ ਹੀ ਆ ਤੇ ਕੁਦਰਤੀ ਆ, ਉਸੇ ਤਰੀਕੇ ਨਾਲ। ਚਲੋ ਬਹੁਤ ਧੰਨਵਾਦ ਸਮਜੀਤ ਸਿੰਘ, ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ, ਵਕਤ ਨਹੀਂ ਹੈ ਸਰ, ਵਕਤ ਨਹੀਂ ਹੈ। ਨਹੀਂ ਗਿੱਲ ਸਾਹਿਬ ਵਕਤ ਨਹੀਂ ਹੈਗਾ ਸਰ, ਪਲੀਜ਼, ਥੈਂਕ ਯੂ ਸਰ, ਇੰਦਰ ਸਾਹਿਬ ਧੰਨਵਾਦ, ਗਿੱਲ ਸਾਹਿਬ ਧੰਨਵਾਦ, ਇਕਬਾਲ ਸਿੰਘ ਜੀ ਤੁਹਾਡਾ ਵੀ ਧੰਨਵਾਦ। ਕੌਣ ਕਿਹੜੀ ਪੋਲਿਟਿਕਸ ਕਰ ਰਿਹਾ ਇਸ ਡਿਬੇਟ ਦੇ ਵਿੱਚ, ਸਭ ਕੁਝ ਸਾਫ਼ ਹੈ। ਮੈਂ ਕੋਸ਼ਿਸ਼ ਕੀਤੀ ਹੈ ਸਵਾਲ ਆ ਜਿਹੜੇ ਤਿੱਖੇ ਕਰਾਂ ਅਤੇ ਸਵਾਲਾਂ ਦੇ ਜਵਾਬ ਲਵਾਂ। ਉਹਨਾਂ ਸਵਾਲਾਂ ਦੇ ਵਿਚਾਲੇ ਕਈ ਵਾਰ ਜਵਾਬ ਮੈਂ ਪੂਰੇ ਵੀ ਨਹੀਂ ਲੈ ਪਾ ਰਿਹਾ, ਉਹਦੇ ਲਈ ਮੈਨੂੰ ਮਾਫ਼ੀ, ਪਰ ਇਹ ਸਵਾਲ ਤੁਹਾਡੇ ਆ ਸਾਰੇ, ਤੁਹਾਡੇ ਲਈ ਸਵਾਲ ਕੀਤੇ ਆ, ਫੈਸਲਾ ਤੁਸੀਂ ਕਰਨਾ ਕੌਣ ਕਿਹੜੇ ਟਾਰਗੇਟ 'ਚ ਲੱਗਿਆ। ਬਹੁਤ ਧੰਨਵਾਦ।